ਹੈਲੋ ਸਟੂਡੈਂਟਸ ਗੁੱਡ ਆਫਟਰਨੂਨ ਟੂ ਆਲ ਮੈਂ ਗੁਰਜੰਤ ਸਿੰਘ ਤੁਹਾਡਾ ਸਵਾਗਤ ਕਰਦਾ ਸਕਾਈਲਾਈਟ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਰੋਜ਼ ਆਪਣਾ 11 ਵਜੇ ਲੈਕਚਰ ਹੁੰਦਾ ਤੇ ਅੱਜ ਆਪਣਾ 27ਵਾਂ ਲੈਕਚਰ ਆ ਤੇ ਬੜਾ ਇੰਪੋਰਟੈਂਟ ਲੈਕਚਰ ਆ ਵੀ ਅੱਜ ਯੋਗ ਦੇ ਉੱਤੇ ਆਪਾਂ ਸਾਰੇ ਕੁਐਸਚਨ ਅੱਜ ਕਰਨੇ ਕਿਉਂਕਿ ਯੋਗ ਦੇ ਨਾਲ ਸੰਬੰਧਿਤ ਬਹੁਤ ਕੁਐਸਚਨ ਆਉਂਦੇ ਆ ਪੇਪਰ ਦੇ ਵਿੱਚ ਤੇ ਸਾਰੇ ਬੱਚੇ ਜਲਦੀ ਤੋਂ ਜਲਦੀ ਲਾਈਵ ਖੋਲਣ ਤੋਂ ਪਹਿਲਾਂ ਹੀ ਲਾਈਕ ਕਰ ਦਿਓ ਲਾਈਵ ਖੋਲਣ ਤੋਂ ਪਹਿਲਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਵੱਖ-ਵੱਖ ਗਰੁੱਪਾਂ ਦੇ ਵਿੱਚ ਤਾਂ ਜੋ ਹੋਰ ਬੱਚੇ ਵੀ ਜੁੜ ਜਾਣ ਚੱਲ ਗਈ ਜੀ ਚੱਲ ਗਈ ਕਲਾਸ ਕੋਈ ਗੱਲ ਨਹੀਂ 1 2 3 ਮਿੰਟ ਉੱਤੇ ਥੱਲੇ ਹੋ ਜਾਂਦੀ ਹੈ ਸਾਰਿਆਂ ਨੂੰ ਗੁੱਡ ਆਫਟਰਨੂਨ ਠੀਕ ਹੈ ਧੰਨ ਸਾਹਿਬ ਜੀ ਸਤਿ ਸ੍ਰੀ ਅਕਾਲ ਸ਼ੁਕਰ ਹੈ ਤੁਸੀਂ ਵੀ ਆ ਗਏ ਆਜਿਆ ਕਰੋ ਮਾੜਾ ਮਟਾ ਸੰਦੀਪ ਗੁੱਡ ਆਫਟਰਨੂਨ ਕਵਲ ਸਤਿ ਸ੍ਰੀ ਅਕਾਲ ਤੇ ਜਿਹੜੇ ਬੱਚਿਆਂ ਨੇ ਸਕਾਈ ਲਾਈਟ ਅਕੈਡਮੀ ਅਬੋਰ ਦਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਪੰਜਾਬ న్యూਸ 24 ਸਤਿ ਸ੍ਰੀ ਅਕਾਲ ਜੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਠੀਕ ਹੈ ਜੀ ਹਰਪ੍ਰੀਤ ਜੀ ਸੰਦੀਪ ਸਤਿ ਸ੍ਰੀ ਅਕਾਲ ਸ਼ੀਨਮ ਵੈਰੀ ਗੁੱਡ ਆਫਟਰਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਸਕਾਈਲਾਈਟ ਅਕੈਡਮੀ ਅਬੋਰ ਦਾ ਥੈਂਕ ਯੂ ਵੈਰੀ ਮੱਚ ਜੀ ਸੁਖਵਿੰਦਰ ਕੈਂਥ ਯਰ ਆਲਸੋ ਵੈਲਕਮ ਤਿੰਨਵਰ ਚੈਨਲ ਤੇ ਸਕਾਈਲਾਈਟ ਅਕੈਡਮੀ ਅਬੋਰ ਦਾ ਬਈ Google Play Store ਦੇ ਉੱਪਰ ਐਪ ਹੈਗਾ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਔਰ ਪੇਡ ਕੋਰਸੇਸ ਦੇ ਵਾਸਤੇ ਠੀਕ ਹੈ ਪੇਡ ਕੋਰਸੇ ਜੁਆਇਨ ਕਰਨ ਵਾਸਤੇ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਡਿਟੇਲ ਦੇ ਵਿੱਚ ਸਟੱਡੀ ਕਰਨੀ ਹੈ ਡਾਊਨਲੋਡ ਕਰਕੇ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜ਼ਿਆਦਾ ਜਾਣਕਾਰੀ ਵਾਸਤੇ 20 ਵਾਲਾ ਨੰਬਰ ਥੱਲੇ ਦਿੱਤਾ ਹੈ ਇਦੇ ਦੇ ਸੰਪਰਕ ਕਰਕੇ ਤੁਸੀਂ ਪੁੱਛ ਲਿਓ ਠੀਕ ਹੈ ਬਈ ਸਕਾਈਲਾਈਟ ਅਕੈਡਮੀ ਅਬੋਰ ਦੇ ਨਾਮ ਦਾ ਚੈਨਲ ਆ ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਕਰੋ 100 ਤੋਂ ਉੱਤੇ ਬੰਦੇ ਅਜੇ ਟਪਾਉਣੇ ਆ 50 ਹੋ ਗਏ ਤੇ 50 ਲਾਈਕ ਕਰ ਦੋ ਹਰਪ੍ਰੀਤ ਮਾਨਸਾ ਮੈਂ ਸਰ ਪਹਿਲੇ ਦਿਨ ਆਈ ਸੀ ਠੀਕ ਹੈ ਜੀ ਗੁੱਡ ਆਫਟਰਨੂੰ ਜੀ ਐਕਟਿਵ ਆ ਜੀ ਐਕਟਿਵ ਆਪਾਂ ਫੁੱਲ ਐਕਟਿਵ ਆਂ ਐਕਟਿਵ ਆ ਕਈ ਵਾਰੀ ਉੱਤੇ ਥੱਲੇ ਹੋ ਜਾਂਦਾ ਪਹਿਲਾਂ ਲੈਕਚਰ ਆਫਲਾਈਨ ਹੁੰਦਾ ਉਸ ਤੋਂ ਬਾਅਦ ਇੱਧਰ ਆਨਲਾਈਨ ਹੁੰਦਾ ਸਾਰੀ ਦਿਹਾੜੀ ਦਿਮਾਗ ਦੇ ਵਿੱਚ ਕਦੀ ਉਹ ਟਾਪਿਕ ਕਦੀ ਉਹ ਟਾਪਿਕ ਠੀਕ ਹੈ ਚੱਲਦੇ ਰਹਿੰਦੇ ਆ ਮੈਂ ਐਕਟਿਵ ਹੀ ਆ ਮੇਰੀ ਛੱਡੋ ਤੁਸੀਂ ਆਮ ਆਲਸੋ ਪ੍ਰੈਜ਼ੈਂਟ ਫਰਸਡੇ ਵੈਲਕਮ ਸਾਰਿਆਂ ਦਾ ਜਿਹੜੇ ਪਹਿਲੇ ਦਿਨ ਆਏ ਆ ਬਈ ਪਹਿਲਾਂ ਲਾਈਕ ਕਰੋ ਸ਼ੇਅਰ ਕਰੋ ਪਹਿਲਾਂ ਬੰਦੇ ਸੌਖਾਓ ਮੈਨੂੰ ਆਪਾਂ ਸ਼ੁਰੂ ਹੀ ਉਦੋਂ ਕਰਨਾ ਤੇ ਸਕਾਈ ਲਾਈਟ ਅਕੈਡਮੀ ਅਬੋਰ ਦਾ ਬਈ ਟੈਲੀਗ੍ਰਾਮ ਚੈਨਲ ਤੁਸੀਂ ਜੁਆਇਨ ਕਰ ਸਕਦੇ ਹੋ ਮਨਪ੍ਰੀਤ ਸਿੰਘ ਮਨੀ ਜੀ ਸਤਿ ਸ੍ਰੀ ਅਕਾਲ ਅਰਪਿਤ ਮਾਨਸਾ ਸਾਸਤਰੀ ਕਾਲ ਜੀ ਸਾਰਿਆਂ ਨੂੰ ਐਟ ਦਾ ਰੇਟ ਸਕਾਈਲਾਈਟ ਅਕੈਡਮੀ ਦੇ ਨਾਮ ਦੇ ਉੱਤੇ ਲਿੰਕ ਹੈਗਾ ਵੀ ਇਹ ਲਿੰਕ ਤੋਂ ਤੁਸੀਂ ਜੁਆਇਨ ਕਰ ਲਿਓ ਟੈਲੀਗ੍ਰਾਮ ਚੈਨਲ ਜਿਹਦੇ ਵਿੱਚ ਤੁਹਾਨੂੰ ਪੇਪਰ ਦੇ ਨਾਲ ਸੰਬੰਧਤ ਕੋਈ ਕੁਐਸਚਨ ਕੋਈ ਪੀਡੀਐਫ ਕੋਈ ਟਾਪਿਕ ਫ੍ਰੀ ਆਫ ਕੋਸਟ ਤੁਹਾਨੂੰ ਮਿਲ ਜੂਗਾ ਉਹ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ ਰਾਧਾ ਸਵਾਮੀ ਜੀ ਗਗਨਦੀਪ ਕੌਰ ਜੀ ਕਲਾਸ਼ਾਣੀ ਗੁੱਡ ਆਫਟਰਨੂੰ ਪੂਨਮ ਗੁੱਡ ਆਫਟਰਨੂੰ ਗੁੱਡ ਮਾਰਨਿੰਗ ਕਿੱਥੇ ਆ ਪੂਨਮ ਜੀ ਦਿਨ ਬਹੁਤ ਵੱਡਾ ਚੜ ਗਿਆ ਠੀਕ ਹੈ ਸਾਰਿਆਂ ਨੂੰ ਗ੍ਰੈਡੂਏਟ ਨੂੰ ਆ ਤੇ ਅੱਗੇ ਇੱਥੇ ਮੈਂ ਦੱਸ ਦੇਣਾ ਚਾਹੂੰਗਾ ਬਈ ਸਕਾਈ ਲਾਈਟ ਅਕੈਡਮੀ ਹੈ ਜਿਹੜੀ ਪੰਜਾਬ ਦੀ ਫਿਜ਼ੀਕਲ ਐਜੂਕੇਸ਼ਨ ਦੀ ਨੰਬਰ 1 ਅਕੈਡਮੀ ਹੈ ਸਾਰਿਆਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਸਭ ਨੂੰ ਪਤਾ ਕਿਉਂਕਿ ਸਾਰੇ ਬੱਚੇ ਹੀ ਜਾਣਦੇ ਆ ਜਿੱਥੇ ਰਿਜ਼ਲਟ ਹੁੰਦਾ ਉੱਥੇ ਹੀ ਬੱਚੇ ਨੇ ਆਉਣਾ ਹੁੰਦਾ ਤੇ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਪਹਿਲੀ ਵਾਰੀ ਟੈਕ ਟ ਹੋਇਆ ਸੀ ਉਹਦੇ ਚੋਂ ਸਾਡੇ 80 ਪਲੱਸ ਬੰਦੇ ਪਾਸ ਆ ਸੀ ਤੋਂ ਵੱਧ ਬੰਦੇ ਸਾਡੇ پاس ਆਏ ਦੇ ਵਿੱਚੋਂ ਤੇ 873 2018 ਵਾਲੀਆਂ ਜਿਹੜੀਆਂ ਪ੍ਰਾਣੀਆਂ ਪੋਸਟਰ 16 ਦੀਆਂ ਉਹਦੇ ਵਿੱਚ ਘੱਟੋ ਘੱਟ 35 ਡੀਪੀਸੀ ਕੁਝ ਕਾਗਜ਼ੀ ਕਾਰਵਾਈ ਕਰਕੇ ਰਹਿ ਗਈ ਤੇ 23 ਉਹਦੇ ਵਿੱਚ ਸਿਲੈਕਟ ਹੋ ਗਏ ਇਹ ਚੀਜ਼ ਯਾਦ ਰੱਖਿਆ ਕਰੋ ਚਾਹ ਮੈਂ ਪਿੰਡਾਂ ਨੇ ਜੀ ਤੁਸੀਂ ਪੀਓ ਸਾਰੇ ਜਾ ਤੇ ਲਾਈਵ ਨੂੰ ਸਾਰੇ ਸ਼ੇਅਰ ਕਰੋ ਤੇ ਕੁਆਲਟੀ ਕੌਨਸ਼ੀਅਸ ਤੇ ਰਿਜ਼ਲਟ ਕੌਨਸ਼ੀਅਸ ਬੰਨਾਂ ਦੁਕਾਨਾਂ ਬਥੇਰੀਆਂ ਖੁੱਲੀਆਂ ਪੰਜਾਬ 'ਚ ਪੀਐਸਟੈਟ ਦੇ ਵੇਲੇ ਅਸੀਂ ਸੀ ਹੁਣ ਪਤਾ ਨਹੀਂ ਕਿਹੜੇ ਕਿਹੜੇ ਆ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਸਾਰੇ ਦੋਸਤ ਮਿੱਤਰ ਆ ਤੇ ਕੁਆਲਟੀ ਕੌਨਸ਼ੀਅਸ ਬਣੋ ਤੇ ਰਿਜ਼ਲਟ ਦੇਖਿਆ ਕਰੋ ਹਮੇਸ਼ਾ ਅੱਗੇ ਆ ਗਿਆ ਵੀ ਆਪਣਾ ਫਰਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਯੋਗਾ ਦੇ ਨਾਲ ਸੰਬੰਧਿਤ ਆਪਣੇ ਅੱਜ ਕੁਐਸਚਨ ਆ ਸਤਿ ਸ੍ਰੀ ਅਕਾਲ ਜੀ ਸੁਖਦੀਪ ਕੌਰ ਜੀ ਲਾਈਵ ਨੂੰ ਸ਼ੇਅਰ ਕਰੋ 62 ਬੱਚੇ ਅਤੇ 62 ਲਾਈਕ ਹੋਣੇ ਚਾਹੀਦੇ ਆ ਕੱਲ ਤੁਸੀਂ ਲਾਈਕ ਘੱਟ ਕੀਤੇ ਤੇ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਆ ਯੋਗ ਕੀ ਹੈ ਯੋਗਾ ਨਹੀਂ ਬੋਲਣਾ ਯੋਗ ਬੋਲਣਾ ਇਹਦੀ ਪਰਸੈਂਸੀਏਸ਼ਨ ਨੂੰ ਵੀ ਤੁਸੀਂ ਸੁਧਾਰਨਾ ਯੋਗ ਕੀ ਹੈ অপਸ਼ਨ ਤੁਹਾਡੇ ਸਾਹਮਣੇ ਆ ਆਤਮਾ ਤੇ ਪਰਮਾਤਮਾ ਦਾ ਮੇਲ ਠੀਕ ਹੈ ਉਸ ਤੋਂ ਬਾਅਦ ਹੈ ਇਸ ਰਾਇਂ ਸਰੀਰਕ ਅੰਦਰੂਨੀ ਕਿਰਿਆ ਕੀਤੀਆਂ ਜਾਂਦੀਆਂ ਹਨ ਆਸਣ ਕੀਤੇ ਜਾਂਦੇ ਆ ਜਾਂ ਉਪਰੋਕਤ ਸਾਰੇ ਜਿਹੜੇ ਕੰਮ ਆ ਉਹਦੇ ਵਿੱਚ ਹੋਣਗੇ ਹਾਂਜੀ ਰਿਜ਼ਲਟ ਮਾਨ ਇਨ ਆਨਲੀ ਸਹੀ ਗੱਲ ਹੈ ਜੀ ਬਹੁਤ ਧੰਨਵਾਦ ਤੁਹਾਡਾ ਸਾਥ ਦੇਣ ਵਾਸਤੇ ਕੋਆਪਰੇਟ ਕਰਦੇ ਹੋ ਸਾਰੇ ਹੀ ਸਾਥੀ ਆ ਆਪਣੇ ਤੇ ਵੱਧ ਵੱਧ ਸ਼ੇਅਰ ਕਰੋ ਸਾਰੇ ਬੱਚੇ ਕਲਾਸ ਨੂੰ ਤੇ ਕੁਐਸਚਨ ਦਾ ਆਨਸਰ ਦੇ ਦਿਓ ਫਟਾਫਟ ਤੇ ਜਿਹੜੇ ਬੱਚੇ ਡੀ ਜਵਾਬ ਦੇ ਰਹੇ ਆ ਹੈਪੀ ਕੇ ਮਨਦੀਪ ਖੇੜਾ ਬਿਲਕੁਲ ਸਹੀ ਜਵਾਬ ਦੇ ਰਿਹਾ ਰਿਜ਼ਲਟ ਬੋਲਦੇ ਆ ਜੀ ਸਹੀ ਗੱਲ ਆ ਜੀ ਸੁਖਦੀਪ ਕੌਰ ਜੀ ਰਿਜ਼ਲਟ ਬੋਲਦੇ ਆ ਤੇ ਸਿਆਣੇ ਬੱਚੇ ਹਮੇਸ਼ਾ ਸਿਆਣੀ ਗੱਲ ਕਰਨਗੇ ਤੇ ਸਿਆਣੇ ਬੰਦੇ ਕੋਲੇ ਜਾਣਗੇ ਇਹ ਚੀਜ਼ ਯਾਦ ਰੱਖਿਆ ਕਰੋ ਸਿਮਰਪ੍ਰੀਤ ਜੀ ਦਾ ਡਾਕਟਰ ਨੋਨ ਤੇ ਡੀ ਆਨਸਰ ਸਾਰਿਆਂ ਦਾ ਬਿਲਕੁਲ ਰਾਈਟ ਆ ਆਤਮਾ ਦਾ ਪਰਮਾਤਮਾ ਦਾ ਮੇਲ ਜੇ ਤੁਸੀਂ ਪਰਮਾਤਮਾ ਵੀ ਲਿਖ ਦੋਗੇ ਤਾਂ ਵੀ ਸਹੀ ਹੋ ਜਾਣਾ ਤੇ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ ਜਿਹੜੀਆਂ ਤੁਹਾਡੇ ਇੰਟਰਨਲ ਆਰਗਨਸ ਆ ਉਹ ਵੀ ਯੋਗਾ ਦੇ ਨਾਲ ਬਿਲਕੁਲ ਸਹੀ ਰਹਿਣਗੇ ਠੀਕ ਆ ਉਸ ਤੋਂ ਬਾਅਦ ਆਸਣ ਕੀਤੇ ਜਾਂਦੇ ਆ ਆਸਣ ਕੀ ਹੁੰਦਾ ਸੈੱਟ ਆਫ ਐਕਸਰਸਾਈਜ਼ ਕਸਰਤਾਂ ਦਾ ਇੱਕ ਸਮੂਹ ਹੁੰਦਾ ਹੈ ਜਿਹਦੇ ਨਾਲ ਆਪਾਂ ਆਪਣੀ ਬੋਡੀ ਨੂੰ ਫਿੱਟ ਰੱਖ ਸਕਦੇ ਹਾਂ ਠੀਕ ਹੈ ਹੋਰ ਸ਼ੇਅਰ ਕਰੋ ਕਲਾਸ ਨੂੰ ਫਿਰ ਮੈਂ ਅੱਗੇ ਕੁਐਸਚਨ ਵੱਲੇ ਜਾਣਾ ਤੇ ਉਪਰੋਕਤ ਸਾਰੇ ਇਹਦੇ ਚ ਆ ਜਾਣ ਆਲ ਆਫ ਆ ਵਾਵੇ ਦਾ ਬਿਲਕੁਲ ਸਹੀ ਆਨਸਰ ਆ ਠੀਕ ਹੈ ਸਾਰਿਆਂ ਦਾ ਠੀਕ ਹੈ ਅਗਲਾ ਕੁਐਸਚਨ ਆ ਗਿਆ ਬਈ ਆਤਮਾ ਸੰਸਾਰਕ ਦਾ ਇੱਕੋ ਮਾਤਰ ਉਪਾਯੋਗ ਹੈ ਆਤਮਾ ਜਿਹੜੀ ਸੰਸਾਰਿਕ ਤੌਰ ਤੇ ਇਹਦਾ ਇੱਕਮਾਤਰ ਉਪਾਅ ਜਿਹੜਾ ਇਹ ਸਿਰਫ ਯੋਗ ਇਹ ਕਥਨ ਕਿਸ ਦਾ ਹੈ ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਜਿਹੜੇ ਕੁਐਸਚਨ ਆ ਉਹ ਪਰਿਭਾਸ਼ਾਵਾਂ ਦੇ ਆਧਾਰ ਤੇ ਪੁੱਛੇ ਜਾਣਗੇ ਕਿ ਮਹਾਰਿਸ਼ੀ ਪਤੰਜਲੀ ਦੀ ਕਿਹੜੀ ਪਰਿਭਾਸ਼ਾ ਯੋਗ ਸੂਤਰ ਦੇ ਅਨੁਸਾਰ ਕਿਹੜੀ ਹੈ ਸੰਪੂਰਨ ਆਨੰਦ ਵੇਦ ਹੋਗੇ ਸਾਮਵੇਦ ਯੁਜਰਵੇਦ ਅਰਥਵੇਦ ਉਹਨਾਂ ਦੇ ਅਕੋਰਡਿੰਗ ਕੁਐਸਚਨ ਪੁੱਛੇ ਜਾਣੇ ਆ ਤੇ ਆਤਮਾ ਸੰਸਾਰਿਕ ਦਾ ਇੱਕमात्र ਉਪਾਯੋਗ ਹੈ ਇਹ ਕਥਨ ਕਿਸ ਦਾ ਮਾਰਿਸ਼ੀ ਪਤੰਜਲੀ ਯੋਗ ਸ਼ਾਸਤਰ ਸੰਪੂਰਨ ਆਨੰਦ ਜਾਂ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਇਹਦਾ ਦਿਓ ਵੀ ਜਵਾਬ ਸਾਰੇ ਬੱਚੇ ਤੇ ਧਨਵੰਤ ਸਿੰਘ ਨੇ ਬਿਲਕੁਲ ਸਹੀ ਜਵਾਬ ਦਿੱਤਾ ਧਨਵੰਤ ਸਿੰਘ ਦਾ ਸਹੀ ਜਵਾਬ ਹੈ ਗगन ਦਾ ਸਹੀ ਹੈ ਜਵਾਬ ਹਾਂਜੀ ਸੰਪੂਰਨ ਆਨੰਦ ਇਹਦਾ ਬਿਲਕੁਲ ਰਾਈਟ ਜਵਾਬ ਹੈ ਟ੍ਰਿਪਲ ਜੰਪਰ ਦਾ ਵੀ ਠੀਕ ਹੈ ਜਵਾਬ ਬਈ ਰਾਜਵਿੰਦਰ ਕੌਰ ਦਾ ਵੀ ਠੀਕ ਹੈ ਮਹਿਤਾਬ ਸਿੱਧੂ ਦਾ ਵੀ ਠੀਕ ਹੈ ਸੰਪੂਰਨ ਆਨੰਦ ਦੇ ਵਿੱਚ ਇਹ ਪਰਿਭਾਸ਼ਾ ਦਿੱਤੀ ਗਈ ਹੈ ਕਿ ਆਤਮਾ ਸੰਸਾਰ ਦੇ ਇੱਕ ਮਾਤਰ ਉਪਾਯੋਗ ਹੈ ਆਤਮਾ ਨੂੰ ਸੰਸਾਰ ਦੇ ਵਿੱਚ ਸਿਰਫ ਇੱਕ ਮਾਤਰ ਹੀ ਉਪਾਅ ਮਿਲਦਾ ਉਹ ਸਿਰਫ ਯੋਗ ਮਨਪ੍ਰੀਤ ਢਾਲੀਵਾਲ ਦਾ ਵੀ ਠੀਕ ਹੈ ਜਵਾਬ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ 71 ਤੇ 71 ਲਾਈਕ ਹੋਣੇ ਚਾਹੀਦੇ ਮੈਂ ਵੇਖਣੇ ਆ ਬੜੀ ਮਿਹਨਤ ਤੇ ਮੁਸ਼ਕਲ ਤੁਹਾਡੇ ਲਈ ਕਰਕੇ ਕੁਸ਼ਣ ਅਸੀਂ ਬਣਾ ਕੇ ਲਿਆਉਣੇ ਆ ਇਸ ਲਈ ਲਾਈਕ ਕਮੈਂਟ ਸ਼ੇਅਰ ਤਾਂ ਬਣਦਾ ਹੀ ਹੈ ਠੀਕ ਹੈ ਬਈ ਨੈਕਸਟ ਅੱਗੇ ਸਵਾਲ ਹੈ ਸਾਰੀਆਂ ਚਿੰਤਾਵਾਂ ਦਾ ਤਿਆਗ ਕਰਕੇ ਨਿਸ਼ਚਿਤ ਹੋ ਜਾਣਾ ਹੀ ਯੋਗ ਹੈ ਸਾਰੀਆਂ ਚਿੰਤਾਵਾਂ ਸਾਰੀਆਂ ਮਨੋਵਿਰਤੀਆਂ ਇਨਾਂ ਦਾ ਤਿਆਗ ਕਰਕੇ ਉਹਨੂੰ ਹੀ ਆਪਾਂ ਜੋ ਕਹਿੰਨੇ ਆ ਕਿ ਕਿਸ ਦਾ ਗਤਨ ਹੈ ਸੰਪੂਰਨ ਆਨੰਦ ਦਾ ਮਹਾਰਿਸ਼ੀ ਪਤੰਜਲੀ ਦਾ ਜਾਂ ਯੋਗ ਸ਼ਾਸਤਰ ਦਾ ਜਾਂ ਸ਼੍ਰੀਮਦ ਭਗਵਤ ਗੀਤਾ ਦਾ ਦਿਓ ਵੀ ਜਵਾਬ ਸਾਰੇ ਬੱਚੇ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਆ ਸੁਖਵਿੰਦਰ ਕੈਂਸ ਦਾ ਠੀਕ ਹੈ ਜਵਾਬ ਬਈ ਯੋਗ ਸ਼ਾਸਤਰ ਗਗਨਦੀਪ ਦਾ ਸਹੀ ਆ ਪ੍ਰਭਜੋਤ ਦਾ ਸਹੀ ਆ ਸਵਰੀਨ ਕੌਰ ਦਾ ਸਹੀ ਆ ਮਤ ਆਪ ਸਿੱਧੂ ਦਾ ਵੀ ਠੀਕ ਹੈ ਬਲਪ੍ਰੀਤ ਸਿੰਘ ਮਣੀ ਦਾ ਵੀ ਠੀਕ ਹੈ ਇਹ ਜਿਹੜੇ ਅੱਡੋ ਅੱਡ ਗ੍ਰੰਥ ਆ ਬਈ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਮਨਪ੍ਰੀਤ ਢਾਲੇਵਾਲ ਦਾ ਵੀ ਠੀਕ ਹੈ ਯੋਗ ਸ਼ਾਸਤਰ ਵੀ ਗ੍ਰੰਥ ਹੈ ਪਤੰਜਲੀ ਯੋਗ ਸੂਤਰ ਵੀ ਗ੍ਰੰਥ ਹੈ ਸਿਮਰਪ੍ਰੀਤ कौर ਅਸੀਂ ਪਹਿਲਾਂ ਹੀ ਲਾਈਕ ਕਰ ਦਿੱਤਾ ਪਹਿਲਾਂ ਹੀ ਕਰ ਦਿਆ ਕਰੋ ਲਾਈਵ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਤੇ ਸਾਰੇ ਬੱਚੇ ਮੈਨੂੰ ਇਹ ਦੱਸੋ ਜਿਹੜੀ ਸਵੇਰੇ ਕਲਾਸ ਲੱਗੀ ਸੀ 9:30 ਵਜੇ ਡਾਈਜੈਸਟਿਵ ਸਿਸਟਮ ਦੀ ਉਹ ਕਲਾਸ ਸਾਰਿਆਂ ਨੂੰ ਕਿਵੇਂ ਲੱਗੀ ਫਟਾਫਟ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਣਾ ਫੀਡਬੈਕ ਵੀ ਕਿਵੇਂ ਲੱਗੀ ਸਾਰਿਆਂ ਨੇ ਕਲਾਸ ਜਿਹੜੀ 9:30 ਵਜੇ ਸੀ ਇਹ ਤੁਹਾਡਾ ਬਿਲਕੁਲ ਸਹੀ ਆ ਯੋਗ ਸ਼ਾਸਤਰ ਠੀਕ ਆ ਵੈਰੀ ਗੁੱਡ ਬਸ ਸਹੀ ਆ ਦੱਬੀ ਚੱਲੋ ਬਸ ਜਿੰਨਾ ਸਾਡੇ ਤੋਂ ਵਧੀਆ ਹੋ ਸਕਦਾ ਉਹਨਾ ਕਰਵਾਇਆ ਜਾਊਗਾ ਤੁਹਾਨੂੰ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰੋ ਰਸ਼ਪਾਲ ਜੀ ਧੰਨਵਾਦ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅਗਲਾ ਕੁਐਸਚਨ ਆ ਬਈ ਕਰਮ ਕਰਨ ਦੀ ਨਿਪੁੰਨਤਾ ਹੀ ਯੋਗ ਹੈ ਕਰਮ ਕਰਨ ਦੀ ਨਿਪੁੰਨਤਾ ਹੀ ਯੋਗ ਹੈ ਕਿਸ ਦਾ ਕਥਨ ਹੈ ਕਰਮ ਕਰਨ ਦੀ ਨਿਪੁੰਨਤਾ ਹੀ ਯੋਗ ਹੈ ਇਹ ਕਿਸ ਦਾ ਕਥਨ ਹੈ ਭਗਵਤ ਗੀਤਾ ਦਾ ਪਤੰਜਲੀ ਦਾ ਜਾਂ ਯੋਗ ਸ਼ਾਸਤਰ ਦਾ ਜਾਂ ਸੰਪੂਰਨ ਆਨੰਦ ਦਾ ਫਟਾਫਟ ਲਾਈਵ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਤੁਹਾਨੂੰ ਗਾਣਾ ਵੀ ਸੁਣਾ ਦਿੱਤਾ ਜਾਊਗਾ ਠੀਕ ਹੈ ਬਈ ਕਰਮ ਕਰਨ ਦੀ ਨਿਪੰਤਾ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਗੀਤਾ ਦੇ ਜਲਦੀ ਕਰੋ ਬਈ ਸੋਹਾ ਵੈਰੀ ਗੁੱਡ ਹਾਂਜੀ ਕ੍ਰਿਸ਼ਨ ਜੀ ਨੇ ਗੀਤਾ ਦੇ 6ਵੇਂ ਅਧਿਆਇ ਦੇ ਵਿੱਚ ਆਪਣੇ ਸਾਰਥੀ ਨੂੰ ਕਿਹਾ ਸੀਗਾ ਵੀ ਯੋਗ ਕਰਮ ਸ਼ੂ ਕੌਸ਼ਲਮ ਤੇ ਇਹ ਭਗਵਤ ਗੀਤਾ ਦੇ ਜਿਹੜਾ ਹਿੰਦੂਆਂ ਦਾ ਗ੍ਰੰਥ ਹੈ ਉਹਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ 6ਵੇਂ ਅਧਿਆਏ ਦੇ ਵਿੱਚ ਵੀ ਯੋਗ ਆ ਜਿਹੜਾ ਉਹ ਕਰਮਾਂ ਦਾ ਫਲ ਹੁੰਦਾ ਠੀਕ ਹੈ ਬਈ ਇਸ ਕਰਕੇ ਹੁਣ ਤੁਸੀਂ ਜਵਾਬ ਦੇਣਾ ਕਰਮ ਕਰਨ ਦੀ ਨੁਪੁੰਤਾ ਹੀ ਯੋਗ ਹੈ ਕਿਸ ਦਾ ਕਥਨ ਹੈ ਸ਼੍ਰੀਮਦ ਭਗਵਤ ਗੀਤਾ ਪਤੰਜਲੀ ਯੋਗ ਸ਼ਾਸਤਰ ਸੰਪੂਰਨ ਆਨੰਦ ਤੇ ਜਿਹੜੇ ਬੱਚਿਆਂ ਨੇ ਇਹ ਜਵਾਬ ਦਿੱਤਾ ਉਹਨਾਂ ਸਾਰਿਆਂ ਦਾ ਠੀਕ ਆ ਮੈਂ ਤੁਹਾਨੂੰ ਇਦਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਫਿੱਟ ਹੋ ਜਾਣ ਤੇ ਸਾਡਾ ਕੰਮ ਹੀ ਆ ਬ ਫਿੱਟ ਕਰਨਾ ਦਿਮਾਗ ਦੇ ਵਿੱਚ ਗੱਲਾਂ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰੋ ਸਾਰੇ ਬੱਚੇ ਬਹੁਤ ਬਹੁਤ ਧੰਨਵਾਦ ਕੋਆਪਰੇਟ ਕਰਨ ਵਾਸਤੇ ਅਗਲਾ ਕੁਐਸਚਨ ਏ ਹੈ ਬਈ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਲੈਣਾ ਤੁਹਾਡੇ ਨਾਲ ਕਿਉਂਕਿ ਬਹੁਤ ਸਾਡੇ ਦੋਸਤ ਮਿੱਤਰ ਜਿਹੜੇ ਵਿਟਾਊਟ ਪ੍ਰੋਫੈਸ਼ਨਲ ਕੁਆਲਿਫਿਕੇਸ਼ਨ ਪੈਸੇ ਟਕੇ ਅੱਜ ਕੱਲ ਤੁਹਾਨੂੰ ਪਤਾ ਸਭ ਚੱਲਦਾ ਕਮਾ ਰਹੇ ਆ ਬਟ ਮੈਂ ਤੁਹਾਨੂੰ ਇਹ ਹੀ ਕਹੂੰਗਾ ਵੀ ਹਮੇਸ਼ਾ ਪ੍ਰੋਫੈਸ਼ਨਲ ਕੁਆਲਿਫਿਕੇਸ਼ਨਸ ਚੈੱਕ ਕੀਤੀਆਂ ਜਾਣ ਬੀਪੀਐਡ ਡੀਪੀਐਡ ਐਮਪੀਐਡ ਘੱਟੋ ਘੱਟ ਸੀਪੀਐਡ ਤਾਂ ਬੰਦੇ ਨੇ ਕੀਤੀ ਹੋਵੇ ਉਹ ਤਾਂ ਚੈੱਕ ਕਰ ਲੋ ਐਵੇਂ ਦੱਬੀ ਜਾਂਦੇ ਆ ਕਰਾਤਾ ਉਹ ਕਰਾਤਾ ਫਲਾਣਾ ਲੈਕਚਰ ਉਹ ਇਹਨਾਂ ਚੀਜ਼ਾਂ ਤੋਂ ਬਚੋ ਇਹ ਬੰਦੇ ਦੁਕਾਨਾਂ ਖੋਲੀ ਬੈਠੇ ਆ ਕੋਈ ਫਾਇਦਾ ਨਹੀਂ ਇਹ ਮੈਂ ਤੁਹਾਨੂੰ ਸੁਨੇਹਾ ਦੇਣਾ ਸੀ ਪਰਸਨਲੀ ਵੀ ਦੇਣਾ ਸੀ ਵੈਸੇ ਵੀ ਹੁਣ ਤੁਹਾਨੂੰ ਲਾਈਵ ਦੇ ਰਿਆਂ ਸੁਨੇਹਾ ਵੀ ਇਹਨਾਂ ਚੀਜ਼ਾਂ ਤੋਂ ਬਚੋ ਠੀਕ ਹੈ ਕੁਆਲਟੀ ਕੌਂਸ਼ੀਅਸ ਬਣੋ ਅਗਲਾ ਕੁਐਸਚਨ ਆ ਬਈ ਯੋਗ ਉਹ ਪੁਰਾਣਾ ਰਸਤਾ ਹੈ ਯੋਗ ਸਭ ਤੋਂ ਪੁਰਾਣਾ ਹੈ ਧਨਪਤਾ ਮੋਹਜੋਦੜੋ ਦੀ ਸਭੇ ਤਾਂ ਹੜੱਪਾ ਸਭੇ ਤਾਂ ਸਿੰਧੂ ਘਾਟੀ ਦੀ ਸਭਿਅਤਾ ਹਾਂਜੀ ਠੀਕ ਆ ਰਾਜਵਿੰਦਰ ਕੌਰ ਜੀ ਸਾਰੇ ਮੈਨੂੰ ਪਤਾ ਹੈ ਮੇਰੇ ਨਾਲ ਸਹਿਮਤ ਹੋਣਗੇ ਕਿਉਂਕਿ ਪੋਜ਼ਿਟਿਵਿਟੀ ਹਰ ਇੱਕ ਜਗ੍ਹਾ ਤੇ ਨਹੀਂ ਮਿਲਦੀ ਹੁੰਦੀ ਠੀਕ ਆ ਯੋਗ ਉਹ ਪੁਰਾਣਾ ਰਸਤਾ ਹੈ ਜੋ ਕਿ ਵਿਅਕਤੀ ਨੂੰ ਕਿਸੇ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਕਥਨ ਕਿਸ ਦਾ ਹੈ ਠੀਕ ਹੈ ਯੋਗ ਸ਼ਾਸਤਰ ਦਾ ਪਤੰਜਲੀ ਦਾ ਜਾਂ ਡਾਕਟਰ ਸਰਪੱਲੀ ਰਾਧਾ ਕ੍ਰਿਸ਼ਨਨ ਦਾ ਇਹਦਾ ਤੁਸੀਂ ਜਵਾਬ ਦੇਣਾ ਜਾਂ ਭਗਵਤ ਗੀਤਾ ਦਾ ਯੋਗ ਆ ਜਿਹੜਾ ਉਹ ਪ੍ਰਾਣਾ ਰਸਤਾ ਹੈ ਜੋ ਵਿਅਕਤੀ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਸਾਰੇ ਬੱਚੇ ਜਵਾਬ ਦੇਣਗੇ ਲਾਈਵ ਨੂੰ ਸ਼ੇਅਰ ਵੀ ਕਰੋ ਬਈ ਲਾਈਕ ਕਰੋ ਸਾਰੇ ਬੱਚੇ ਤੇ ਜਿਹੜੇ ਬੱਚੇ ਸੀ ਜਵਾਬ ਦੇ ਰਿਹਾ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਇੱਕ ਕਥਨ ਹੈ ਉਹਨਾਂ ਦੀ ਇਹ ਪਰਿਭਾਸ਼ਾ ਹੈ ਠੀਕ ਆ ਬਈ ਇਹ ਯਾਦ ਰੱਖਣਾ ਹਮੇਸ਼ਾ ਇਹ ਸਾਰੇ ਗ੍ਰੰਥਾ ਕਿਹੜੇ ਵਿਅਕਤੀਆਂ ਦੇ ਦੁਆਰਾ ਲਿਖੇ ਗਏ ਤੇ ਕਿੰਨਾਂ ਨੇ ਕਿਹੜੀਆਂ ਪਰਿਭਾਸ਼ਾ ਦਿੱਤੀ ਠੀਕ ਆ ਅਗਲਾ ਸਵਾਲ ਤੁਹਾਡੀ ਸਕਰੀਨ ਦੇ ਉੱਤੇ ਆ ਬਈ ਪਤੰਜਲੀ ਅਨੁਸਾਰ ਯੋਗ ਦਾ ਕੰਮ ਕੀ ਹੈ ਮਹਾਰਿਸ਼ੀ ਪਤੰਜਲੀ ਦੇ ਅਨੁਸਾਰ ਐਕਚੁਅਲ ਦੇ ਵਿੱਚ ਯੋਗ ਦਾ ਕੰਮ ਕੀ ਹੈ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰੋ ਤੇ ਬਣੇ ਰਹੋ ਬੜੇ ਵਧੀਆ ਕੁਐਸਚਨ ਆ ਆਪੋ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਇਹਨੂੰ ਵੱਧ ਤੋਂ ਵੱਧ 100 ਬੰਦਾ ਮੈਨੂੰ ਕਰ ਦੋ ਅੱਜ ਗਾਣਾ ਪੱਕਾ ਠੀਕ ਆ ਪਤੰਜਲੀ ਦੇ ਅਨੁਸਾਰ ਯੋਗ ਦਾ ਕੀ ਕੰਮ ਹੈ ਚਿੱਤ ਦੀ ਚੰਚਲਤਾ ਦਾ ਸੰਯਮ ਹੀ ਯੋਗ ਹੈ ਜਾਂ ਮਨ ਦੀਆਂ ਵਿਰਤੀਆਂ ਜਿਹੜੀਆਂ ਤੁਹਾਡੀਆਂ ਮਨੋ ਵਿਰਤੀਆਂ ਫੀਲਿੰਗਸ ਆ ਤੁਹਾਡੀਆਂ ਉਹਨਾਂ ਦਾ ਜਾ ਉਹਨਾਂ ਨੂੰ ਰੋਕਣਾ ਹੀ ਯੋਗ ਹੈ ਜਾਂ ਉਪਰੋਕਤ ਦੋਨੇ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਜਵਾਬ ਦਿਓ ਪਤੰਜਲੀ ਦੇ ਅਨੁਸਾਰ ਕਿਉਂਕਿ ਮਹਾਰਿਸ਼ੀ ਪਤੰਜਲੀ ਨੇ ਆਮ ਵਿਅਕਤੀ ਦੇ ਵਾਸਤੇ ਅਸ਼ਟਾਂਗ ਯੋਗ ਦੀ ਰਚਨਾ ਕੀਤੀ ਸੀ ਅਸ਼ਟਾਂਗ ਯੋਗ ਦੀ ਅਸ਼ਟਾਂਗ ਯੋਗ ਦੀ ਰਚਨਾ ਮਹਾਰਿਸ਼ੀ ਪਤੰਜਲੀ ਨੇ ਇੱਕ ਸਧਾਰਨ ਵਿਅਕਤੀ ਆ ਜਿਹੜਾ ਜਿਹਦੀ ਬਿਜ਼ੀ ਲਾਈਫ ਸ਼ਡਿਊਲ ਆ ਮਨਪ੍ਰੀਤ ਜੀ ਮੇਰੇ ਬਹੁਤ ਜਾਣਕਾਰ ਆ ਇੱਥੇ ਜਿਹਦੇ ਕੋਲੋਂ ਮਰਜ਼ੀ ਲੈ ਲਓ ਕੰਟੈਕਟ ਨੰਬਰ ਜਿਹਦੇ ਤੋਂ ਮੈਨੂੰ ਪਤਾ ਤੁਸੀਂ ਬੜੇ ਦਿਨ ਹੋ ਗਏ ਕਈ ਜਾਨਦੇ ਹੋ ਜਿਹਦੇ ਤੋਂ ਮਰਜ਼ੀ ਲੈ ਲਓ ਪਤੰਜਲੀ ਅਨੁਸਾਰ ਯੋਗ ਦਾ ਕੰਮ ਕੀ ਹੈ ਚਿੱਤ ਦੀ ਚੰਚਲਤਾ ਦਾ ਸੰਯਮ ਹੀ ਯੋਗ ਹੈ ਵੀ ਸੰਯਮ ਬਣਾ ਕੇ ਰੱਖਣਾ ਆਪਦੇ ਮਨ ਨੂੰ ਕੰਟਰੋਲ ਕਰਕੇ ਰੱਖਣਾ ਜਾਂ ਮਨ ਦੀਆਂ ਬਿੰਤੀਆਂ ਜਿਹੜੀਆਂ ਕਾਮਵਾਸ਼ਨਾਵਾਂ ਹੈਗੀਆਂ ਉਹਨਾਂ ਨੂੰ ਰੋਕਣਾ ਹੀ ਯੋਗ ਹੈ ਜਾਂ ਉਪਰੋਕਤ ਦੋਨੋਂ ਜਾ ਇਹਨਾਂ ਦੇ ਵਿੱਚੋਂ ਕੋਈ ਨਹੀਂ ਤੇ ਸਾਰੇ ਬੱਚਿਆਂ ਨੇ ਲਗਭਗ ਸਹੀ ਜਵਾਬ ਦਿੱਤਾ ਹੈ ਬਈ ਉਪਰੋਕਤ ਦੋਨੋਂ ਬਿਲਕੁਲ ਰਾਈਟ ਜਵਾਬ ਦਿੱਤਾ ਹੈ ਬੜੇ ਵਧੀਆ ਕੁਐਸਚਨ ਆ ਇਹ ਆਉਣੇ ਹੀ ਆਉਣੇ ਤੁਹਾਨੂੰ ਪੇਪਰ ਦੇ ਵਿੱਚ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਅਜੇ ਬਥੇਰੇ ਕੁਐਸਚਨ ਪਏ ਆ ਆਪਣੇ ਯੋਗ ਸ਼ਬਦ ਦੀ ਉਤਪਤੀ ਕਿਹੜੀ ਭਾਸ਼ਾ ਤੋਂ ਹੋਈ ਹੈ ਯੋਗ ਸ਼ਬਦ ਦੀ ਉਤਪਤੀ ਕਿਹੜੀ ਭਾਸ਼ਾ ਤੋਂ ਹੋਈ ਹੈ ਮੰਨੋ origin of yoga ਕਿਹੜੇ ਸ਼ਬਦ ਤੋਂ ਹੋਇਆ ਹੈ ਅੰਗਰੇਜ਼ੀ ਹਿੰਦੀ ਸੰਸਕ੍ਰਿਤ ਜਾਂ ਲਾਟਿਨ ਸਾਰੇ ਬੱਚੇ ਜਵਾਬ ਦੇਣਗੇ ਸੁਖਵਿੰਦਰ ਕੈਂਥ ਜੀ ਉਹ ਅੱਗੇ ਵਾਲੀ ਗੱਲ ਹੈ ਤੁਸੀਂ ਇਸ ਗੱਲ ਤੇ ਆਓ ਪਹਿਲਾਂ ਬਿਲਕੁਲ ਰਾਈਟ ਜਵਾਬ ਦਿੱਤਾ ਸਾਰੇ ਬੱਚਿਆਂ ਨੇ ਜੁਜਵਾਰਡ ਹੈ ਸੰਸਕ੍ਰਿਤ ਦਾ ਪਰ ਸੰਸਕ੍ਰਿਤ ਭਾਸ਼ਾ ਤੋਂ ਯੋਗ ਦੀ ਉਤਪਤੀ ਹੋਈ ਆ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਣਾ ਹੈ ਸਮੇਂ ਲੱਗੀ ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣੀ ਇੱਥੇ ਚਾਹੂੰਗਾ ਕਿ ਜਿਹੜਾ ਆਪਣਾ ਪੇਡ ਕੋਰਸ ਚੱਲ ਰਿਹਾ ਉਹ ਬਿਲਕੁਲ ਪੰਜਾਬੀ ਦੇ ਵਿੱਚ ਚੱਲੀ ਜਾਂਦਾ ਕਈ ਬੱਚਿਆਂ ਦੇ ਮਨ ਦੇ ਵਿੱਚ ਇਹ ਡਰ ਆ ਵੀ ਅੰਗਰੇਜ਼ੀ ਅੰਗਰੇਜ਼ੀ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਪੰਜਾਬੀ ਚ ਕੰਟੈਂਟ ਨਹੀਂ ਹੈਗਾ ਫਿਜ਼ੀਕਲ ਐਜੂਕੇਸ਼ਨ ਦਾ ਤੇ ਸਾਡੇ ਕੋਲੇ ਆਫਲਾਈਨ ਵੀ ਤੇ ਆਨਲਾਈਨ ਵੀ ਤੇ ਤੁਹਾਡਾ ਜਿਹੜਾ YouTube ਵਾਲਾ ਲੈਕਚਰ ਵੀ ਇੱਕ ਵੀ ਲੈਕਚਰ ਚੱਕ ਲੋ ਪੰਜਾਬੀ ਚ ਮਿਲੂਗਾ ਤੁਹਾਨੂੰ ਠੀਕ ਹੈ ਸਾਡੀ ਕੋਸ਼ਿਸ਼ ਇਹ ਹੈ ਕਿਉਂਕਿ CPED ਦੀ ਪੋਸਟ ਆ ਬੱਚਿਆਂ ਨੂੰ ਪੰਜਾਬੀ ਚ ਹੀ ਕਰਵਾਇਆ ਜਾਵੇ ਠੀਕ ਹੈ ਇਸ ਚੀਜ਼ ਦਾ ਵੀ ਧਿਆਨ ਰੱਖਿਓ ਦੂਜਾ ਧਿਆਨ ਇਹ ਰੱਖਿਓ ਵੀ ਜਿਹੜਾ ਅਸੀਂ ਕੋਰਸ ਦਿੰਨੇ ਆ ਉਹ ਕੰਬੋ ਆ ਪੰਜਾਬੀ ਫਿਜ਼ੀਕਲ ਦੋਨੇ ਇਹ ਚੀਜ਼ ਦਾ ਧਿਆਨ ਰੱਖਣਾ 77 ਹੋ ਗਏ ਤੇ ਹੋਰ ਸ਼ੇਅਰ ਕਰੋ ਆਪਾਂ ਕੁਐਸਚਨ ਅਗਲਾ ਪੜ੍ਹਦੇ ਆਂ ਫਿਰ ਚਿੱਤ ਦੀਆਂ ਵਰਤਿਆਂ ਦਾ ਵਿਰੋਧ ਹੀ ਯੋਗ ਹੈ ਚਿੱਤ ਦੀਆਂ ਜਿਹੜੀਆਂ ਵਰਤੀਆਂ ਤੁਹਾਡੀਆਂ ਮਨੋਵਿਰਤੀਆਂ ਕਾਮਵਾਸ਼ਨਾਵਾਂ ਜਿਹੜੀਆਂ ਜਾਂ ਕਿਸੇ ਚੀਜ਼ ਨੂੰ ਪਾਉਣ ਦੀ ਜ਼ਿਆਦੀ ਤੁਹਾਡੇ ਵਿੱਚ ਲਾਲਸਾ ਚਿੱਤ ਦੀਆਂ ਵਰਤੀਆਂ ਦਾ ਵਿਰੋਧ ਹੀ ਯੋਗ ਹੈ ਇਹ ਕਥਨ ਕਿਹਦਾ ਹੈ ਇਹ ਪਰਿਭਾਸ਼ਾ ਕਿਦੀ ਹੈਗੀ ਕਿਉਂਕਿ ਸਾਰੇ ਅੱਜ ਦੇ ਟਾਈਮ ਦੇ ਵਿੱਚ ਲਾਲਚ ਸਭ ਤੋਂ ਵੱਡੀ ਚੀਜ਼ ਹਾਂਜੀ ਪੇਪਰ ਦੇ ਵਿੱਚ ਵਿਸ਼ਵ ਰਾਣਾ ਜੀ ਪੂਰੇ ਕੋਰਸ ਦੇ ਵਿੱਚ ਤੁਹਾਨੂੰ ਪੂਰੇ ਪੇਪਰ ਦੀ ਤਿਆਰੀ ਕਰਾਈ ਜਾਊਗੀ ਠੀਕ ਆ ਕੁਝ ਨਹੀਂ ਛੱਡਣਾ ਉਹਦੇ ਵਿੱਚੋਂ ਇਹ ਦੱਸੋ ਬਈ ਕੀ ਦੀ ਆ ਭਗਵਤ ਗੀਤਾ ਦੀ ਜਾਂ ਯੋਗ ਸ਼ਾਸਤਰ ਦੀ ਜਾਂ ਪਤੰਜਲੀ ਦੀ ਜਾਂ ਸੰਪੂਰਨ ਆਨੰਦ ਇਹ ਚਾਰੇ ਗ੍ਰੰਥਾ ਸਾਰਾ ਸਾਰਾ ਸਬਜੈਕਟ ਹੋਊਗਾ ਬਈ ਜਿੰਨਾ ਬੀਪੀ ਅਡ ਦਾ ਸਿਲੇਬਸ ਹੈ ਉਹ ਤੁਹਾਨੂੰ ਕਰਵਾਇਆ ਜਾਊਗਾ ਠੀਕ ਹੈ ਦੱਸੋ ਬਈ ਸਾਰੇ ਬੱਚੇ ਨਹੀਂ ਚਾਹੀਦਾ ਵੀ ਟੈਟ ਨਹੀਂ ਚਾਹੀਦਾ ਸਾਰੇ ਬੱਚੇ ਜਵਾਬ ਦਿਓ ਚਿੱਤ ਦੀਆਂ ਵਿਰਤਿਆਂ ਦਾ ਵਿਰੋਧ ਹੀ ਯੋਗ ਹੈ ਇਹ ਕਥਨ ਕਿਸ ਦਾ ਹੈ ਤੇ ਜਿਹੜੇ ਬੱਚੇ ਸੀ ਜਵਾਬ ਦੇ ਰਹੇ ਆ ਮਹਾਰਿਸ਼ੀ ਪਤੰਜਲੀ ਉਹ ਬਿਲਕੁਲ ਸਹੀ ਜਵਾਬ ਮਹਾਰਿਸ਼ੀ ਪਤੰਜਲੀ ਹਾਂਜੀ ਫੀਸ 4000 ਰੁਪਿਆ ਆਪਣੀ ਔਨਲਾਈਨ बोल ਰਹੇ ਆ ਕੋਈ ਉੱਤੇ ਥੱਲੇ ਨਹੀਂ ਹੁੰਦੀ ਸੁਖਦੀਪ ਕੌਰ ਜੀ ਨੰਬਰ 2001 ਵਾਲੇ ਤੇ ਫੋਨ ਕਰੋ ਤੇ ਲਓ 4000 ਰੁਪਿਆ ਪੰਜਾਬੀ ਤੇ ਫਿਜ਼ੀਕਲ ਦੋਨਾਂ ਦੀ ਠੀਕ ਆ ਅਗਲਾ ਕੁਐਸਚਨ ਆ ਗਿਆ ਲਾਈਵ ਨੂੰ ਸ਼ੇਅਰ ਕਰੋ ਲਾਈਕ ਕਰੋ ਹਰਪੀਤ ਸਿੰਘ ਜੀ ਕੀ ਦਾ ਨੰਬਰ ਯੋਗ ਦਾ ਉਦੇਸ਼ ਕੀ ਹੈ ਯੋਗ ਦਾ ਉਦੇਸ਼ ਕੀ ਹੈ ਸਰੀਰਕ ਮਾਨਸਿਕ ਤੇ ਭਾਵਨਾਤਮਕ ਹਾਂਜੀ ਗਗਨਦੀਪ ਜੀ ਤੁਸੀਂ ਉਹ ਮਨਪ੍ਰੀਤ ਨੂੰ ਦੇ ਦਿਓ ਕੋਈ ਚੱਕਰ ਨਹੀਂ ਯੋਗ ਦਾ ਉਦੇਸ਼ ਕੀ ਹੈ ਸਰੀਰਕ ਮਾਨਸਿਕ ਤੇ ਭਾਵਨਾਤਮਕ ਹਾਂਜੀ अनुशासनात्मक ਤੇ ਸੰਸਕ੍ਰਿਤਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦੇਸ਼ ਜਾਂ ਉਪਰੋਕਤ ਸਾਰੇ ਠੀਕ ਹੈ ਜੀ ਦੋ ਜਵਾਬ ਸਾਰੇ ਬੱਚੇ ਅਸਲ ਦੇ ਵਿੱਚ ਯੋਗ ਦਾ ਉਦੇਸ਼ ਕੀ ਹੈ ਤੇ ਸਬਰਿੰਕੌਰ ਦਾ ਠੀਕ ਹੈ ਟ੍ਰिपल ਜੰਪ ਭਾਰਤ ਠੀਕ ਹੈ ਬਿਲਕੁਲ ਠੀਕ ਹੈ ਅਮਨਦੀਪ ਕੌਰ ਦਾ ਵੀ ਠੀਕ ਹੈ ਵੰਦਨਾ ਰਾਣੀ ਦਾ ਵੀ ਠੀਕ ਹੈ ਟੀਚਰ న్యూਸ ਜੀ ਵੈਲਕਮ ਬਿਲਕੁਲ ਠੀਕ ਹੈ ਅਗਲਾ ਕੁਐਸਚਨ ਆ ਗਿਆ ਯੋਗ ਦਾ ਸਰੀਰਕ ਉਦੇਸ਼ ਕੀ ਹੈ ਯੋਗ ਦਾ ਸਰੀਰਕ ਉਦੇਸ਼ ਕੀ ਹੈ ਸਰੀਰ ਦੇ ਸਾਰੇ ਅੰਗਾਂ ਨੂੰ ਮਜ਼ਬੂਤ ਬਣਾਉਣਾ ਜਾਂ ਸਰੀਰ ਨੂੰ ક્રિયાશીલ ਬਣਾਉਣਾ ਕਿ ਉਹ ਕਿਰਿਆ ਕਰਦਾ ਰਹੇ ਜਾਂ ਉਪਰੋਕਤ ਦੋਨੇ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਦਿਓ ਜਵਾਬ ਸਾਰੇ ਬੱਚੇ ਯੋਗ ਦਾ ਸਰੀਰਕ ਉਦੇਸ਼ ਕੀ ਹੈ ਤੇ ਇੱਥੇ ਇਹ ਦੋਨੇ ਹੀ ਆਉਣਗੇ ਸਰੀਰ ਦੇ ਸਾਰੇ ਅੰਗਾਂ ਨੂੰ ਮਜ਼ਬੂਤ ਕਰਨਾ ਸਰੀਰ ਨੂੰ ਕਿਰਿਆਸ਼ੀਲ ਬਣਾਉਣਾ ਕਿਰਿਆ ਦੇ ਯੋਗ ਬਣਾਉਣਾ ਇਸ ਲਈ ਉਪਰੋਕਤ ਦੋਨੇ ਆ ਜਿਹੜੇ ਇਹ ਬਿਲਕੁਲ ਸਹੀ ਆਨਸਰ ਹੋਊਗਾ ਗगनਦੀਪ ਗगनਾ ਹੈਪੀ ਇਹਦਾ ਵੀ ਠੀਕ ਹੈ ਜਵਾਬ ਟ੍ਰਿਪਲ ਜੰਪ ਦਾ ਵੀ ਠੀਕ ਹੈ ਮਨਪ੍ਰੀਤ ਢਾਲੀਵਾਲ ਦਾ ਵੀ ਠੀਕ ਹੈ ਵਿਸ਼ਪ ਦਾ ਵੀ ਠੀਕ ਹੈ ਚੱਲਦੇ ਲਾਈਵ ਨੂੰ ਸ਼ੇਅਰ ਕਰੋ ਹੋਰ ਤੇ ਲਾਈਕ ਕਮੈਂਟ ਕਰੋ ਵਧੀਆ ਵਧੀਆ ਯੋਗ ਦੇ ਕਿੰਨੇ ਪ੍ਰਕਾਰ ਹੁੰਦੇ ਹਨ ਯੋਗ ਦੇ ਕਿੰਨੇ ਪ੍ਰਕਾਰ ਹੁੰਦੇ ਹਨ ਭਗਤੀ ਯੋਗ ਰਾਜ ਯੋਗ ਗਿਆਨ ਯੋਗ ਕਰਮ ਯੋਗ ਦੱਸੋ ਬਈ ਜਾਂ ਉਪਰੋਕਤ ਸਾਰੇ ਭਗਤੀ ਯੋਗ ਰਾਜ ਯੋਗ ਗਿਆਨ ਯੋਗ ਜਾਂ ਕਰਮ ਯੋਗ ਤੇ ਜਿਹੜੇ ਬੱਚੇ ਡੀ ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਰਾਈਟ ਜਵਾਬ ਹੈ ਹਾਂਜੀ ਜਸਮੀਨ ਮਾਰਕ ਦਾ ਵੀ ਠੀਕ ਹੈ ਮਹਤਾਬ ਸਿੱਧੂ ਕਰਮਜੀਤ ਸਾਰਿਆਂ ਦਾ ਠੀਕ ਜਵਾਬ ਹੈ ਸੁਰਦੀਪ ਕੌਰ ਦਾ ਵੀ ਠੀਕ ਹੈ ਫਤੇਵੀਰ ਸਿੱਧੂ ਦਾ ਵੀ ਠੀਕ ਹੈ ਉਪਰੋਕਤ ਸਾਰੇ ਕਰਮ ਜੋਗ ਵੀ ਆਉਂਦਾ ਭਗਤੀ ਜੋਗ ਵੀ ਆਉਂਦਾ ਰਾਜ ਜੋਗ ਵੀ ਆਉਂਦਾ ਤੇ ਗਿਆਨ ਜੋਗ ਵੀ ਆਉਂਦਾ ਹੈ ਚਾਰੇ ਯੋਗ ਆਉਂਦੇ ਆ ਹਾਂਜੀ ਐਂਟੀਟੀ ਦਾ ਤੁਸੀਂ ਫੋਨ ਕਰ ਲਿਓ ਮਿਲ ਜੂਗਾ ਅੱਗੇ ਕੁਐਸਚਨ ਹੈ ਬਈ ਯੋਗ ਦੇ ਕਿੰਨੇ ਸਟੈਪ ਹੁੰਦੇ ਆ ਯੋਗ ਦੇ ਕਿੰਨੇ ਸਟੈਪ ਹੁੰਦੇ ਆ ਰਪੇ ਸਿੰਘ ਜੀ ਤੁਸੀਂ ਕੀ ਬੋਲ ਰਹੇ ਹੋ ਮੈਨੂੰ ਤੁਹਾਡੀ ਕੁਝ ਵੀ ਸਮਝ ਨਹੀਂ ਲੱਗ ਰਹੀ ਯੋਗ ਦੇ ਕਿੰਨੇ ਸਟੈਪ ਹੁੰਦੇ ਆ 4 6 8 ਜਾਂ 10 ਫਟਾਫਟ ਦਿਓ ਜਵਾਬ ਤੇ ਜਿਹੜੇ ਬੱਚੇ 8 ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਰਾਈਟ ਜਵਾਬ ਹੈ ਅਮਨਦੀਪ ਕੌਰ ਸਵਰੀਨ ਕੌਰ ਰਾਜਪਾ ਰਾਜਪ੍ਰੀਤ ਸਪੋਰਟਸ ਅਰਚਨਾ ਦਾ ਵੀ ਠੀਕ ਹੈ ਜਵਾਬ ਬਈ ਫਤੇਵੀਰ ਸਿੱਧੂ ਦਾ ਵੀ ਠੀਕ ਹੈ ਬਿਲਕੁਲ ਸਹੀ ਜਵਾਬ ਦਿੱਤਾ ਸਾਰੇ ਬੱਚਿਆਂ ਨੇ 8 ਹੁੰਦੇ ਆ ਬਈ ਅਗਲਾ ਸਵਾਲ ਆ ਗਿਆ ਚਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਬੱਚਿਓ ਲਾਈਕ ਕਰੋ ਤੇ ਕਮੈਂਟ ਕਰੋ ਹੱਥ ਯੋਗ ਦਾ ਮਹੱਤਵਪੂਰਨ ਅੰਗ ਕਿਹੜਾ ਹੈ ਹੱਥ ਯੋਗ ਜਿਹੜੇ ਹੱਥ ਯੋਗੀਆਂ ਦੇ ਦੁਆਰਾ ਕੀਤੇ ਜਾਂਦੇ ਆ ਹੱਥ ਯੋਗ ਜਿਹੜੇ ਅਘੋੜੀ ਹੁੰਦੇ ਆ ਉਹਨਾਂ ਦੇ ਦੁਆਰਾ ਜਿਹੜੇ ਹੱਥ ਦੇ ਵਿੱਚ ਯੋਗ ਕੀਤਾ ਜਾਂਦਾ ਉਹਦਾ ਮਹੱਤਵਪੂਰਨ ਸਾਧਨ ਜਾਂ ਅੰਗ ਕਿਹੜਾ ਹੁੰਦਾ ਧਾਰਨਾ ਧਿਆਨ ਸਮਾਧੀ ਜਾਂ ਪ੍ਰਾਣਾਯਾਮ ਦਿਓ ਜਵਾਬ ਸਾਰੇ ਬੱਚੇ ਹਾਂਜੀ ਅਮਨ ਪ੍ਰੀਤਕੌਰ ਜੀ ਉਹ ਸੂਰਿਆ ਨਮਸਕਾਰ ਦੇ 12 ਸਟੈਪ ਹੁੰਦੇ ਆ ਜੀ ਤੇ ਜਿਹੜੇ ਡੀ ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ ਜਿਹੜੇ ਬੱਚੇ ਡੀ ਜਵਾਬ ਦੇ ਰਹੇ ਆ ਪ੍ਰਾਣ ਆਯਾਮ ਇੱਥੇ ਮੇਨ ਚੀਜ਼ ਹੈ ਠੀਕ ਆ ਪ੍ਰਾਣ ਆਯਾਮ ਤੇ ਸਾਰਾ ਕੁਝ ਡਿਪੈਂਡ ਕਰਦਾ ਹੈ ਪ੍ਰਾਣ ਆਯਾਮ ਹਾਂਜੀ ਤੇ ਡੀ ਆਪਸ਼ਨ ਵਾਲੇ ਸਾਰੇ ਬੱਚਿਆਂ ਦਾ ਵੰਦਰਾ ਨਾਨੀ ਸਦੂ ਰਾਣੀ ਹਰਗੁਣੋਂ ਦਾ ਮਨਪ੍ਰਿਤ ਖੈਰਾ ਸੰਦੀਪ ਦਾ ਸਾਰਿਆਂ ਦਾ ਜਵਾਬ ਠੀਕ ਆ ਅਗਲੇ ਕੁਐਸਚਨ ਵੱਲੇ ਅਪ ਚੱਲਦੇ ਹਾਂ ਕਰਮ ਯੋਗ ਤੋਂ ਕੀ ਭਾਵ ਹੈ ਕਰਮ ਯੋਗ ਤੋਂ ਕੀ ਭਾਵ ਹੈ ਹਾਂਜੀ ਸੂਰਿਆ ਨਮਸਕਾਰ ਦੇ 12 ਸਟੈਪ ਹੁੰਦੇ ਆ ਉਹ ਵੀ ਸੈੱਟ ਆਫ ਐਕਸਰਸਾਈਜ਼ ਹੀ ਕਰਮ ਯੋਗ ਤੋਂ ਕੀ ਭਾਵ ਹੈ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਐਸਾ ਕਰਮ ਜਾਂ ਕੰਮ ਕਰੋ ਜੋ ਧਿਆਨ ਪੂਰਵਕ ਜਾਗਰਤਾ ਨਾਲ ਕੀਤਾ ਜਾਵੇ ਜਾ ਉਪਰੋਕਤ ਸਾਰੇ ਕਰਮ ਯੋਗ ਕੀ ਹੈ ਤੇ ਬਿਲਕੁਲ ਰਾਈਟ ਜਵਾਬ ਸਾਰਿਆਂ ਨੇ ਦਿੱਤਾ অপਸ਼ਨ D অল ਸਾਰੇ ਕਿਉਂਕਿ ਚੰਗੇ ਕਰਮ ਕਰਨੇ ਚਾਹੀਦੇ ਆ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ ਜਿਨਨੇ ਵੀ ਕੰਮ ਤੁਸੀਂ ਕਰਨੇ ਆ ਚਾਹੇ ਉਹ ਪੜ੍ਹਾਈ ਆ ਉਹਨੂੰ ਧਿਆਨਪੂਰਵਕ ਕਰਨਾ ਚਾਹੀਦਾ ਤਲਵਿੰਦਰ ਕੌਰ ਦਾ ਵੀ ਠੀਕ ਹੈ ਰਾਜਵਿੰਦਰ ਦਾ ਵੀ ਠੀਕ ਹੈ ਸਿੱਧੂ ਰਾਣੀ ਦਾ ਮਹਤਾਬ ਸਿੱਧੂ ਦਾ ਵੰਦਣਾ ਰਾਣੀ ਦਾ ਮਨਪ੍ਰੀਤ ਖੈਰਾ ਦਾ ਬਿਲਕੁਲ ਸਹੀ ਜਵਾਬ ਹੈ ਅਗਲਾ ਸਵਾਲ ਹੈ ਬਈ ਤੁਹਾਡੀ ਸਕਰੀਨ ਦੇ ਉੱਤੇ ਆ ਲਾਈਵ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸਾਰੇ ਬੱਚੇ ਇਹ ਜ਼ਰੂਰ ਕਰਦਿਆ ਕਰੋ ਬੜੇ ਵਧੀਆ ਕੁਐਸਚਨ ਤੁਹਾਡੇ ਲਈ ਲੈ ਕੇ ਆਉਣੇ ਆ ਰੋਜ਼ ਹਾਠੀ ਯੋਗ ਤੋਂ ਕੀ ਭਾਵ ਹੈ ਹਾਠੀ ਯੋਗ ਜਿਹੜਾ ਹਾਠੀ ਯੋਗੀਆਂ ਦੇ ਦੁਆਰਾ ਕੀਤਾ ਜਾਂਦਾ ਭੌਤਿਕ ਤੇ ਮਾਨਸਿਕ ਪਵਿੱਤਰਤਾ ਜਾਂ ਹਾਠੀ ਯੋਗ ਇੱਕ ਸਾਧਨ ਹੈ ਜਾਂ ਸਰੀਰ ਤੋਂ ਦੁਸ਼ਿਤ ਪਦਾਰਥਾਂ ਨੂੰ ਬਾਹਰ ਕੱਢਣਾ ਜਾਂ ਉਪਰੋਕਤ ਸਾਰੇ ਦਿਓ ਵੀ ਜਵਾਬ ਸਾਰੇ ਬੱਚੇ ਤੇ ਜਿਹੜੇ ਬੱਚੇ ਡੀ ਜਵਾਬ ਦੇ ਰਹੇ ਆ ਆਲਮੋਸਟ ਸਾਰਿਆਂ ਦਾ ਬਿਲਕੁਲ ਰਾਈਟ ਜਵਾਬ ਹੈ ਆਲੋ ਅਬਾਉ ਗਗਨਦੀਪ ਰਾਜਪ੍ਰੀਤ ਸਪੋਰਟਸ ਵਿਸ਼ਵ ਰਾਣਾ ਅਰਚਨਾ ਮਨਾਇਕ ਸਿੱਧੂ ਰਾਣੀ ਕਵਲਕੌਰ ਟ੍ਰਿਪਲ ਜੰਪ ਭਾਰਤ ਕੁਲਵਿੰਦਰ ਪੁਸ਼ਪਾ ਰਾਣੀ ਕਮਲਜੀਤ ਬਿਲਕੁਲ ਸਹੀ ਜਵਾਬ ਦੇ ਰਹੇ ਆ ਸਾਰੇ ਬੱਚੇ ਠੀਕ ਆ ਮੰਦੀਪ ਖੈਰਾ ਵੀ ਅਗਲੇ ਕੁਐਸਚਨ ਵੱਲ ਆਪਾਂ ਚੱਲਦੇ ਹਾਂ ਹੁਣ ਆ ਗਿਆ ਆਪਣੇ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਯੋਗ ਦਾ ਕੀ ਮਹੱਤਵ ਹੈ ਖੇਡਾਂ ਦੇ ਵਿੱਚ ਯੋਗ ਦਾ ਕੀ ਮਹੱਤਵ ਹੈ ਯੋਗ ਦੁਆਰਾ ਸਰੀਰ ਬਲਵਾਨ ਬਣਦਾ ਮੀਨਸ ਤਕੜਾ ਬਣਦਾ ਯੋਗ ਦੁਆਰਾ ਸਰੀਰ ਵਿੱਚ ਫੁਰਤੀ ਆਉਂਦੀ ਹੈ ਮੇਬੀ ਨਵੰਬਰ ਮਾਨਪ੍ਰਿਤ ਖੈਰਾ ਯੋਗ ਦੁਆਰਾ ਲਚਕੀਲਾ ਬਣਦਾ ਹੈ ਸਰੀਰ ਜਾਂ ਉਪਰੋਕਤ ਸਾਰੇ ਅਰਚਨਾ ਕੰਬੋਏ ਸਵਰਿੰਨ ਕੌਰ ਰਾਜਪੀ ਸਪੋਰਟਸ ਰਾਜਵਿੰਦਰ ਕੌਰ ਗਗਨਦੀਪ ਕਵਲ ਕੌਰ ਕਲਾਸ਼ ਰਾਣੀ ਟ੍ਰਿਪਲ ਜੰਪ ਹਰਤ ਹਰੀਸਮ ਸਾਰੇ ਬੱਚਿਆਂ ਦਾ ਬਿਲਕੁਲ ਸਹੀ ਜਵਾਬ ਹੈ ਸਰੀਰ ਵੀ ਤਕੜਾ ਹੁੰਦਾ ਹੈ ਫੁਰਤੀ ਵੀ ਆਉਂਦੀ ਹੈ ਯੋਗ ਦੇ ਨਾਲ ਫਲੈਕਸੀਬਿਲਟੀ ਵੀ ਆਉਂਦੀ ਹੈ ਇਸ ਲਈ ਆਲ ਆਫ ਅਬੋਵ ਬਿਲਕੁਲ ਸਹੀ ਆ ਮਨਪ੍ਰੀਤ ਢਾਲੀਵਾਲ ਟੀਚਰ ਯੂਜ਼ ਗਿਲਸਾਹਬ ਦਾ ਵੀ ਠੀਕ ਜਵਾਬ ਹੈ ਅਗਲਾ ਸਵਾਲ ਆ ਗਿਆ ਬੜਾ ਇੰਪੋਰਟੈਂਟ ਯਮ ਤੋਂ ਕੀ ਭਾਵ ਯਮ ਯਮ ਤੋਂ ਕੀ ਭਾਵ ਹੈ ਅਸ਼ਟਾਂਗ ਯੋਗ ਦੇ 8 ਅੰਗ ਆ ਯਮ ਨਿਯਮ ਅਸਨ ਪ੍ਰਾਣਯਾਮ ਪ੍ਰਤੀਹਾਰ ਧਾਰਨਾ ਧਿਆਨ ਸਮਾਧੀ ਤੇ ਹੁਣ ਮੈਂ ਤੁਹਾਨੂੰ ਪੁੱਛ ਰਿਹਾ ਯਮ ਤੋਂ ਕੀ ਭਾਵ ਹੈ ਵਿਰੋਧ ਕਰੋਧ ਨਿਯੰਤਰਣ ਨਿਯਮਣ ਦਿਓ ਵੀ ਜਵਾਬ ਯਮ ਤੋਂ ਕੀ ਪਾ ਬੈਤੇ ਜਿਹੜੇ ਬੱਚੇ ਨੇ ਸੀ ਜਵਾਬ ਦਿੱਤਾ ਹੈ ਜਿਹੜੇ ਬੱਚੇ ਨੇ ਸੀ ਜਵਾਬ ਦਿੱਤਾ ਉਹਨਾਂ ਦਾ ਬਿਲਕੁਲ ਰਾਈਟ ਜਵਾਬ ਹੈ ਨਿਯੰਤਰਣ ਨਿਯੰਤਰਣ ਬਣਾ ਕੇ ਰੱਖਣਾ ਯਮ ਦੇ ਵਿੱਚ ਕਰੋਧ ਤੇ ਅਹਿੰਸਾ ਤੇ ਵਿਰੋਧ ਤੇ ਕੰਟਰੋਲ ਕਰਨਾ ਹੀ ਯੋਗ ਹੈ ਕੰਟਰੋਲ ਮੀਨਸ ਨਿਯੰਤਰਣ ਸਮੇਂ ਲੱਗਦੀ ਸਾਰੇ ਬੱਚਿਆਂ ਨੂੰ ਲਾਈਵ ਨੂੰ ਸ਼ੇਅਰ ਕਰੋ ਤਾਂ ਜੋ ਵਧੀਆ ਜਾਣਕਾਰੀ ਹੋਰ ਬੱਚਿਆਂ ਤੱਕ ਵੀ ਪਹੁੰਚ ਜਾਏ ਮਨਪ੍ਰੀਤ ਢਾਲੀਵਾਲ ਕੰਟਰੋਲ ਵੈਰੀ ਗੁੱਡ ਬੰਦਰਾ ਰਾਣੀ ਹੈਪੀ ਕੇ ਬਿਲਕੁਲ ਰਾਈਟ ਆ ਅਗਲਾ ਸਵਾਲ ਹੈ ਬਈ ਯੋਗ ਕੀ ਹੈ ਵਾਟ ਇਜ਼ ਯੋਗ ਯੋਗ ਕੀ ਹੈ ਸਾਧਨ ਹੈ ਆਸਣ ਹੈ ਧਰਮ ਹੈ ਜਾਂ ਅਧਿਆਨ ਹੈ ਯੋਗ ਕੀ ਹੈ ਯੋਗ ਕੀ ਹੈ ਸੋਚ ਕੇ ਜਵਾਬ ਦਿਓ ਸਾਰੇ ਬੱਚੇ ਸੋਚ ਕੇ ਜਵਾਬ ਦਿਓ ਬਈ ਐਕਚੁਅਲ ਦੇ ਵਿੱਚ ਯੋਗ ਕੀ ਹੈ ਤੇ ਜਿਹੜੇ ਬੱਚੇ ਇਹ ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਰਾਈਟ ਆਨਸਰ ਹੈ ਇੱਕ ਸਾਧਨ ਹੈ ਸੁਖਵਿੰਦਰ ਕੈਂਥ ਦਾ ਵੀ ਸਹੀ ਹੈ ਜਸਮੀਨ ਮਾਰਕ ਰਾਜਪート სპੋਰਟਸ ਹਰਪਾਲ ਸਿੰਘ ਸਿੰਘ ਬਿਲਕੁਲ ਰਾਈਟ ਹੈ ਸਾਧਨਾਇਕ ਜਿਹਦੇ ਰਾਹੀਂ ਵਿਅਕਤੀ ਹਾਂਜੀ ਅੱਜ ਕੁਐਸਚਨ ਦੇ ਆਨਸਰ ਡੀ ਆ ਰਹੇ ਜਿਆਦਾ ਸਹੀ ਹੈ ਮਿਲਣ ਕਰਨ ਦਾ ਸਾਧਨ ਹੈ ਪ੍ਰਮਾਤਮਾ ਦਾ ਆਤਮਾ ਦੇ ਨਾਲ ਮਿਲਨ ਤੇ ਤੁਹਾਡੇ ਸਰੀਰ ਨੂੰ ਵੀ ਤੰਦਰੁਸਤ ਰੱਖਣਾ ਯੋਗ ਦਾ ਕੰਮ ਹੈ ਅੱਗੇ ਕੁਐਸਚਨ ਆ ਗਿਆ ਅਸ਼ਟਾਂਗ ਯੋਗ ਤੋਂ ਕੀ ਭਾਵ ਹੈ ਅਸ਼ਟਾਂਗ ਯੋਗ ਤੋਂ ਕੀ ਭਾਵ ਹੈ ਪ੍ਰਮਾਤਮਾ ਨੂੰ ਪਾਉਣ ਲਈ 8 ਪ੍ਰਕਾਰ ਦੇ ਸਾਧਨ ਚੱਲਦੇ ਲਾਈਵ ਸੈਸ਼ਨ ਨੂੰ ਲਾਈਕ ਕਰੋ ਪੁੱਤਰ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੋ 100 ਤੋਂ ਵੱਧ ਬੰਦਾ ਆਪਾਂ ਤਪਾ ਸਕੀਏ ਅਸਤਾਂਗ ਯੋਗ ਤੋਂ ਕੀ ਭਾਵ ਹੈ ਪ੍ਰਮਾਤਮਾ ਨੂੰ ਪਾਉਣ ਲਈ ਅੱਠ ਪ੍ਰਕਾਰ ਦੇ ਸਾਧਨ ਹੱਠ ਯੋਗ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਤੇ ਡੀ ਆਪਸ਼ਨ ਹੈ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਤੇ ਜਿਹੜੇ ਬੱਚੇ ਜਵਾਬ ਦੇ ਰਿਹਾ ਆਪਸ਼ਨ ਏ ਉਹਨਾਂ ਦਾ ਬਿਲਕੁਲ ਰਾਈਟ ਆਨਸਰ ਹੈ 8 ਲਿੰਗਸ ਹੁੰਦੇ ਆ ਅਸ਼ਟਾਂਗ ਯੋਗ ਦੇ ਵਿੱਚ ਤੇ ਪਰਮਾਤਮਾ ਨੂੰ ਪਾਉਣ ਲਈ ਅੱਠ ਪ੍ਰਕਾਰ ਦੇ ਸਾਧਨਾਂ ਨੂੰ ਹੀ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ ਮਨਪ੍ਰੀਤ ਢਾਲੀਵਾਲ ਦਾ ਵੀ ਠੀਕ ਹੈ ਜਵਾਬ ਠੀਕ ਹੈ ਤੇ ਆਤਮਾ ਦਾ ਪਰਮਾਤਮਾ ਨਾਲ ਮੇਲ ਇਹ ਆਊਗਾ ਤੁਹਾਡੀ ਪਰਿਭਾਸ਼ਾ 'ਚ ਹਾਠ ਯੋਗ ਅਲੱਗ ਗੱਲ ਹੈ ਠੀਕ ਹੈ ਰਾਜਪ੍ਰੀਤ ਸਪੋਰਟਸ ਦਾ ਠੀਕ ਹੈ ਮਹਤਾਬ ਦਾ ਵੀ ਠੀਕ ਹੈ ਸੁਖਦੀਪ ਕੌਰ ਦਾ ਵੀ ਠੀਕ ਹੈ ਸੁਖਵਿੰਦਰ ਕੈਂਥ ਦਾ ਵੀ ਬਿਲਕੁਲ ਠੀਕ ਹੈ ਚਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰੋ ਬਈ ਸਾਰੇ ਬੱਚੇ ਨੈਕਸਟ ਅੱਗੇ ਸਵਾਲ ਆ ਗਿਆ ਬਈ ਅਸ਼ਟਾਂਗ ਯੋਗ ਦੇ ਕਿੰਨੇ ਸਾਧਨ ਹਨ ਅਸ਼ਟਾਂਗ ਯੋਗ ਦੇ ਕਿੰਨੇ ਸਾਧਨ ਹਨ ਕਿੰਨੇ ਲਿੰਸ ਹੈਗੇ ਆ ਸਟਾਂਗ ਯੋਗ ਦੇ 6 8 10 ਜਾਂ 12 ਤੇ ਅਮਿਤ ਮਹਿਤਾ ਦਾ ਬਿਲਕੁਲ ਠੀਕ ਜਵਾਬ ਹੈ 8 ਲਿੰਸ ਹੁੰਦੇ ਆ 8 ਅੰਗ ਹੁੰਦੇ ਆ ਕਿਹੜੇ ਕਿਹੜੇ ਯਮ ਨਿਯਮ ਆਸਣ ਪ੍ਰਾਣ ਆਯਾਮ ਯਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਹਾਰ ਧਾਰਨਾ ਧਿਆਨ ਤੇ ਸਮਾਧੀ ਇਹ ਅੱਠ ਅੰਗ ਹੁੰਦੇ ਆ ਬਈ ਸਮਝ ਲੱਗ ਗਈ ਸਾਰੇ ਬੱਚਿਆਂ ਨੂੰ ਅਸ਼ਟਾਂਗ ਯੋਗ ਦੇ ਅੱਠ ਅੰਗ ਹੈ ਚੱਲਦੇ ਲਾਈਵ ਨੂੰ ਸ਼ੇਅਰ ਕਰੋ ਬੱਚਿਓ ਸਾਰੇ ਫਿਰ ਆਪਾਂ ਅੱਗੇ ਚੱਲਦੇ ਹਾਂ ਹੁਣ ਯਮ ਦੇ ਕਿਹੜੇ ਨਿਯਮ ਹੁੰਦੇ ਆ ਯਮ ਦੇ ਯਮ ਦੇ ਵੀ ਇੱਕੋ 파ਟ ਆ ਨਿਯਮ ਦੇ ਵੀ 파ਟ ਆ ਰਾਜਪੀ ਸਪੋਰਟਸ ਠੀਕ ਆ ਜੀ ਯਮ ਦੇ ਕਿਹੜੇ ਕਿਹੜੇ ਅੱਗੇ ਨਿਯਮ ਹਨ ਆਸਣ ਤੇ ਸਤਿਆ ਅਹਿੰਸਾ ਨਹੀਂ ਕਰਨੀ ਲੜਨਾ ਨਹੀਂ ਤੇ ਹਮੇਸ਼ਾ ਸੱਚ ਬੋਲਣਾ ਅਸਤਿਆ ਤੇ ਬ੍ਰਹਮਚਾਰਿਆ ਝੂਠ ਨਹੀਂ ਬੋਲਣਾ ਤੇ ਬ੍ਰਹਮਚਾਰਿਆ ਦਾ ਪਾਲਣ ਕਰਨਾ ਅਪਰਗ੍ਰਹ ਮਨੋਵਿਰਤੀਆਂ ਤੇ ਕੰਟਰੋਲ ਜਾਂ ਉਪਰੋਕਤ ਸਾਰੇ ਦਿਓ ਜਵਾਬ ਸਾਰੇ ਬੱਚੇ ਤੇ ਜਿਹੜੇ ਡੀ ਜਵਾਬ ਦੇ ਰਹੇ ਆ ਆਲ ਰਾਸ਼ਟਰੀ ਸਪੋਰਟਸ ਗਗਨਦੀਪ ਕੌਰ ਉਹਨਾਂ ਦਾ ਬਿਲਕੁਲ ਰਾਈਟ ਜਵਾਬ ਹੈ ਰਾਸ਼ਟਰੀ ਸਪੋਰਟਸ ਦਾ ਠੀਕ ਹੈ ਫਤੇਵਿਰ ਸਿੱਧੂ ਅਮਿਤ ਮਹਿਤਾ ਸਪੋਰਟਸ ਯੋਗਾ ਠੀਕ ਆ ਕਮਲਜੀਤ ਹਰਵਿੰਦਰ ਸਿੰਘ ਬੁਰੀ ਚੀਜ਼ਾਂ ਤੋਂ ਪਰਹੇਜ਼ ਟ੍ਰਿਪਲ ਜਾਂ ਵੈਰੀ ਗੁੱਡ ਮਾਰਨਿੰਗ ਸਟਾਰ ਦਾ ਵੀ ਠੀਕ ਹੈ ਸਾਰੇ ਬੱਚਿਆਂ ਦਾ ਮਨਪਿਤ ਟਾਲੀਵਾਲ ਦਾ ਵੀ ਠੀਕ ਹੈ ਅੱਗੇ ਚੱਲਦੇ ਹਾਂ ਨਿਯਮ ਦੇ ਕਿੰਨੇ ਪ੍ਰਕਾਰ ਹੁੰਦੇ ਆ ਨਿਯਮ ਦੇ ਜਿਹੜੇ ਆਪਾਂ ਨੇ ਨਿਯਮ ਹੁੰਦੇ ਆ ਉਹਦੇ ਕਿੰਨੇ ਪ੍ਰਕਾਰ ਹੁੰਦੇ ਆ ਮਣੀ ਮਣੀ ਦਾ ਵੀ ਠੀਕ ਹੈ ਪੁਸ਼ਪਾ ਰਾਣੀ ਦਾ ਵੀ ਠੀਕ ਸੀ ਸੋਚ ਤੇ ਸੰਤੋਸ਼ ਤਪ ਤੇ ਧਿਆਨ ਪਰਮਾਤਮਾ ਵਿੱਚ ਵਿਸ਼ਵਾਸ ਈਸ਼ਵਰ ਪ੍ਰਾਨੀਤਾਨ ਜਾਂ ਉਪਰੋਕਤ ਸਾਰੇ ਦਿਓ ਵੀ ਜਵਾਬ ਸਾਰੇ ਬੱਚੇ ਗੁਰਵਿੰਦਰ ਦਾ ਠੀਕ ਹੈ ਸਵਰੀਨ ਦਾ ਮਨਪ੍ਰੀਤ ਢਾਲੀਵਾਲ ਕਮਲਕੌਰ ਅੱਛੀਆਂ ਗੱਲਾਂ ਗ੍ਰਹਿਣ ਕਰਨੀਆਂ ਵੈਰੀ ਗੁੱਡ ਟ੍ਰਿਪਲ ਜੰਪ ਮਣੀ ਮਣੀ ਠੀਕ ਹੈ ਰਾਜਪਰੀ ਸਪੋਰਟਸ ਠੀਕ ਹੈ ਸਿੰਧੂ ਰਾਣੀ ਵੀ ਠੀਕ ਹੈ ਉਪਰੋਕਤ ਸਾਰੇ ਸੋਚ ਸੰਤੋਸ਼ ਤਪ ਸ਼ੁੱਧੀ ਧਿਆਨ ਈਸ਼ਵਰ ਪ੍ਰਾਣੀ ਧਨ ਇਹ ਸਾਰੇ ਨਿਯਮ ਦੇ 파ਟ ਹਨ ਸਮੇ ਲੱਗੀ ਨੈਕਸਟ ਅੱਗੇ ਕੁਐਸਚਨ ਹੈ ਬਈ ਪ੍ਰਾਣਾਯਾਮ ਦੇ ਕਿੰਨੇ ਭੇਦ ਹੁੰਦੇ ਹਨ ਪ੍ਰਾਣਾਯਾਮ ਦੇ ਕਿੰਨੇ ਭੇਦ ਹੁੰਦੇ ਹਨ ਪੂਰਕ ਕੁੰਭਕ ਰੇਚਕ ਜਾਂ ਉਪਰੋਕਤ ਸਾਰੇ ਇਨਹੇਲ ਐਗਜ਼ੇਲ ਤੇ ਹੋਲਡ ਦੱਸੋ ਬਈ ਸਾਰੇ ਇਨਹੇਲ ਸਾਹ ਨੂੰ ਅੰਦਰ ਖਿੱਚਣਾ ਬਾਹਰ ਕੱਢਣਾ ਤੇ ਹੋਲਡ ਕਰਕੇ ਰੱਖਣਾ ਪੂਰਕ ਕੁੰਭਕ ਤੇ ਰੇਚਕ ਜਾਂ ਉਪਰੋਕਤ ਸਾਰੇ ਤੇ ਸਾਰੇ ਬੱਚਿਆਂ ਨੇ ਬਿਲਕੁਲ ਰਾਈਟ ਜਵਾਬ ਦਿੱਤਾ ਹੈ ਬਈ অপਸ਼ਨ ਡੀ ਸਹੀ ਹੋ ਜੂਗਾ ਜਵਾਬ ਤੇ ਸੋਨੀਆ ਮਹਿਰਾ ਦਾ ਠੀਕ ਹੈ ਮਣੀ ਮਣੀ ਦਾ ਵੀ ਠੀਕ ਹੈ ਕਮਲਜੀਤ ਕੌਰ ਮਨਦੀਪ ਹਰਵਿੰਦਰ ਸਿੰਘ ਦਾ ਠੀਕ ਹੈ ਪੂਨਮ ਦਾ ਤਨਵੰਤ ਸਿੰਘ ਦਾ ਠੀਕ ਹੈ ਸਖਦੀਪ ਕੌਰ ਦਾ ਠੀਕ ਹੈ ਸਾਰੇ ਬੱਚਿਆਂ ਦਾ ਲਗਭਗ ਠੀਕ ਜਵਾਬ ਹੈ ਬਈ ਸੁਖਵਿੰਦਰ ਕੈਂਥ ਦਾ ਇਨਹੇਲ ਹੋਲਡ ਐਗਜ਼ੇਲ ਬਿਲਕੁਲ ਰਾਈਟ ਅੱਗੇ ਆਜੋ ਹਾਂਜੀ 1:2 ਦੋ ਅਨੁਪਾਤ 4 ਰੇਸ਼ਿਓ ਹੈ ਜਗਸੀਰ ਸਿੰਘ ਜੀ ਸ਼ੁੱਧੀ ਕਿਰਿਆ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ ਸ਼ੁੱਧੀ ਕਿਰਿਆ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ ਨੇਤੀ ਕਿਰਿਆ ਤੇ ਧੋਤੀ ਕਿਰਿਆ ਬਸਤੀ ਕਿਰਿਆ ਤੇ ਤਰਾਟਕ ਲੌਲੀ ਕਿਰਿਆ ਤੇ ਕਪਾਲ ਭਾਤੀ ਜਾਉ ਪ੍ਰੋਕਤ ਸਾਰੇ ਦਿਓ ਵੀ ਜਵਾਬ ਸ਼ੁੱਧੀ ਕਿਰਿਆਵਾਂ ਕਿਹੜੀਆਂ ਕਿਹੜੀਆਂ ਨੇਤੀ ਧੋਤੀ ਬਸਤੀ ਤਰਾਟਕ ਲੌਲੀ ਕਿਰਿਆ ਜਾਂ ਕਪਾਲ ਭਾਤੀ ਜਾਉ ਪ੍ਰੋਕਤ ਸਾਰੇ ਮਨਪ੍ਰੀਤ ਕੌਰ ਦਾ ਰਾਜਪ੍ਰੀਤ ਸਪੋਰਟਸ ਸਵਰੀਨ ਅਰਚਨਾ ਅੰਮਿਤ ਮਹਿਤਾ ਹੈਪੀ ਕੇ ਸਿੱਧੂ ਰਾਣੀ ਸਾਰਿਆਂ ਦਾ ਠੀਕ ਜਵਾਬ ਹੈ ਬਈ ਆਲ ਆਉਣਗੇ ਇਹ ਸਾਰੀਆਂ ਹੀ ਸ਼ੁੱਧੀ ਕਿਰਿਆਵਾਂ ਹੈ ਬਈ ਠੀਕ ਹੈ ਅਗਲਾ ਸਵਾਲ ਤੁਹਾਡੀ ਸਕਰੀਨ ਦੇ ਉੱਤੇ ਆ ਗਿਆ ਬਈ ਪੀਟੀਆਈ 2000 ਪੋਸਟਾਂ ਜਿਹੜੀਆਂ ਆਉਣ ਵਾਲੀਆਂ ਆਪਾਂ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਤੇ ਬੜੇ ਵਧੀਆ ਕੁਐਸਚਨ ਰੋਜ਼ ਅਸੀਂ ਲੈ ਕੇ ਆਉਣੇ ਆ ਬਣੇ ਰਿਹਾ ਕਰੋ ਜਲ ਨੇਤੀ ਅਤੇ ਸੂਤਰ ਨੇਤੀ ਕਿਸ ਕਿਰਿਆ ਦੇ ਭਾਗ ਹਨ ਜਾਲਣੇਤੀ ਅਤੇ ਸੁੱਤਰਨੇਤੀ ਕਿਸ ਕਿਰਿਆ ਦੇ ਭਾਗ ਹਨ ਧੋਤੀ ਕਿਰਿਆ ਦੇ ਬਸਤੀ ਕਿਰਿਆ ਦੇ ਨੇਤੀ ਕਿਰਿਆ ਦੇ ਜਾਂ ਤਰਟਕ ਦੇ ਦਿਓ ਜਵਾਬ ਸਾਰੇ ਬੱਚੇ ਅਮਿਤ ਮਹਿਤਾ ਦਾ ਠੀਕ ਹੈ ਜਵਾਬ ਗਗਨ ਦਾ ਠੀਕ ਹੈ ਰਾਜਪ੍ਰੀਤ ਸਪੋਰਟਸ ਦਾ ਠੀਕ ਹੈ ਅਮਨ ਦਾ ਠੀਕ ਹੈ ਮਨਪ੍ਰੀਤ ਢਾਲੀਵਾਲ ਦਾ ਵੀ ਬਿਲਕੁਲ ਠੀਕ ਹੈ ਜਿਹੜੇ ਬੱਚੇ ਨੇਤੀ ਕਿਰਿਆ ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਸਹੀ ਜਵਾਬ ਜਾ ਰਿਹਾ ਬਈ ਬਿਲਕੁਲ ਸਹੀ ਜਵਾਬ ਹੈ ਉਹ ਬੱਚਿਆਂ ਦਾ ਅੱਗੇ ਆ ਗਿਆ ਕੁਐਸਚਨ ਸਵਰੀਨ ਕੌਰ ਦਾ ਵੀ ਠੀਕ ਹੈ ਹਰੀਸ਼ ਦਾ ਵੀ ਠੀਕ ਹੈ ਅਗਲਾ ਕੁਐਸਚਨ ਹੈ ਵਮਨ ਧੋਤੀ ਜਾਂ ਕੁੰਜਲ ਧੋਤੀ ਕਿਸ ਕਿਰਿਆ ਦਾ ਬਦਲ ਹੈ ਇਹ ਕਿਹੜੀ ਕਿਰਿਆ ਦਾ ਬਦਲ ਹੈ ਜਲਨੇਤੀ ਦਾ ਸੂਤਰਨੇਤੀ ਦਾ ਤਰਾਟਕ ਦਾ ਜਾਂ ਧੋਤੀ ਕਿਰਿਆ ਦਾ ਗगनਦੀਪ ਕੌਰ ਦਾ ਠੀਕ ਹੈ ਸੁਖਵਿੰਦਰ ਕੈਂਥ ਦਾ ਵੀ ਸਹੀ ਆ ਅਮਿਤ ਮਹਿਤਾ ਦਾ ਵੀ ਸਹੀ ਆ ਗगन ਦਾ ਵੀ ਸਹੀ ਆ ਰਾਜਪ੍ਰੀ ਸਪੋਰਟਸ ਦਾ ਵੀ ਸਹੀ ਆ ਮਨਪ੍ਰੀਤ ਢਾਲੀਵਾਲ ਦਾ ਵੀ ਸਹੀ ਆ ਅਰਚਨਾ ਦਾ ਵੀ ਠੀਕ ਆ ਰੀਸ਼ ਸਾਮਾ ਦਾ ਵੀ ਠੀਕ ਆ ਸਾਰੇ ਬੱਚੇ ਬਹੁਤ ਇੰਟੈਲੀਜੈਂਟ ਆ ਆਈ ਹੋਪ ਸਾਰੇ ਹੀ ਪੇਪਰ ਕ੍ਰੈਕ ਕਰਕੇ ਨੌਕਰੀ ਲੱਗਣਗੇ ਸਾਡੀ ਦੁਆ ਹੈ ਧੋਤੀ ਕਿਰਿਆ ਤਮਰੀਨ ਕੌਰ ਦਾ ਵੀ ਠੀਕ ਹੈ ਸਿੱਧੂ ਰਾਣੀ ਦਾ ਵੀ ਠੀਕ ਹੈ ਰਾਜਪ੍ਰੀਤ ਸਪੋਰਟਸ ਠੀਕ ਹੈ ਬਈ ਵੈਰੀ ਗੁੱਡ ਚੱਲਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰੋ ਬੱਚਿਓ ਤਾ ਜੋ ਵਧੀਆ ਕੁਐਸਚਨ ਹੋਰ ਬੱਚਿਆਂ ਤੱਕ ਵੀ ਪਹੁੰਚ ਸਕਣ ਮਣੀ ਮਣੀ ਦਾ ਵੀ ਠੀਕ ਹੈ ਸੋਹਣੀਆਂ ਮਹਿਰਾਜਾ ਵੀ ਠੀਕ ਹੈ ਅਗਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਹੈ ਬਈ ਤਰਾਟਕ ਕਿਰਿਆ ਦਾ ਕੀ ਲਾਭ ਹੈ ਤਰਾਟਕ ਕਿਰਿਆ ਦਾ ਕੀ ਲਾਭ ਹੈ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਅੱਖਾਂ ਦੇ ਰੋਗ ਦੂਰ ਹੁੰਦੇ ਆ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਤੁਸੀਂ ਜਾ ਕੇ ਪੁੱਛ ਸਕਦੇ ਹੋ ਤਰਾਟਕ ਕਿਰਿਆ ਦਾ ਕੀ ਲਾਭ ਹੈ ਅੱਖਾਂ ਦੀ ਰੋਸ਼ਨੀ ਵਧਦੀ ਹੈ ਅੱਖਾਂ ਦੇ ਰੋਗ ਦੂਰ ਹੁੰਦੇ ਆ ਬਾਹਰੀ ਧਾਰਨਾ ਅਤੇ ਬਾਹਰੀ ਧਿਆਨ ਨੂੰ ਬਲ ਮਿਲਦਾ ਹੈ ਜਾਂ ਉਪਰੋਕਤ ਸਾਰੇ ਦਿਓ ਜਵਾਬ ਬਈ ਸਾਰੇ ਬੱਚੇ ਤੇ ਬਿਲਕੁਲ ਰਾਈਟ ਜਵਾਬ ਹੈਗਾ ਬਈ অপਸ਼ਨ ਡੀ ਨਵਿਆ ਕੰਬੋਜ ਅਮਨ ਅਮਿਤ ਮਹਿਤਾ ਬਨਪ੍ਰਿਤ ਢਾਲੀਵਾਲ ਸਾਰੇ ਬੱਚਿਆਂ ਨੇ ਸਿੱਧੂ ਰਾਣੀ ਨੇ ਸਾਹਮਣੇ ਸਹੀ ਜਵਾਬ ਦਿੱਤਾ ਉਪਰੋਕਤ ਸਾਰੇ ਹੀ ਕੰਮ ਇਹ ਤਰਾਟਕ ਦੇ ਲਾਭ ਹੁੰਦੇ ਠੀਕ ਆ ਸੁਖਦੀਪ ਕੌਰ ਕਮਲਜੀਤ ਕੌਰ ਦਾ ਵੀ ਠੀਕ ਸੀ ਹਰਵਿੰਦਰ ਸਿੰਘ ਦਾ ਵੀ ਠੀਕ ਸੀ ਵੈਰੀ ਗੁੱਡ ਬਈ ਲਾਈਵ ਨੂੰ ਹੋਰ ਸ਼ੇਅਰ ਕੀਤਾ ਜਾਵੇ ਤਾਂ ਜੋ ਵਧੀਆ ਜਾਣਕਾਰੀ ਬੱਚਿਆਂ ਤੱਕ ਪਹੁੰਚ ਸਕੇ ਕਲਾਸ ਦਾ ਵੀ ਠੀਕ ਹੈ ਹਾਂਜੀ ਅਗਲਾ ਕੁਐਸਚਨ ਆਪਣਾ ਨੌਲੀ ਕਿਰਿਆ ਕਰਦੇ ਸਮੇਂ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਈ ਬਲੱਡ ਪ੍ਰੈਸ਼ਰ ਦਾ ਦਿਲ ਦੇ ਰੋਗ ਅਤੇ ਪਾਚਣ ਕਿਰਿਆ ਦੇ ਰੋਗ ਜਾਂ ਅੰਤੜੀਆਂ ਵਿੱਚ ਸੋਜ ਦੇ ਰੋਗੀ ਜਾਂ ਉਪਰੋਕਤ ਸਾਰੇ ਰੋਗੀਆਂ ਨੂੰ ਨੌਲੀ ਨਹੀਂ ਕਰਨੀ ਚਾਹੀਦੀ ਹਾਂਜੀ ਰਾਜਪੀਰ ਸਪੋਰਟਸ ਦੀ ਸਾਰੀਆਂ ਗੱਲਾਂ ਦਾ ਬਿਲਕੁਲ ਸਹੀ ਐ ਮਨਪ੍ਰੀਤ ਢਾਲੀਵਾਲ ਮਾਰਨਿੰਗ ਸਟਾਰ ਅਰਚਨਾ ਮਨੈਕ ਅਮਨ ਹੈਪੀ ਕੇ ਜਸਮੀਨ ਮਾਰਕਰਗੁਣਵਾਰ ਬਈ ਟੀਚਰ ਨਿਊਜ਼ ਗਿਲਸਾਹ ਟ੍ਰਿਪਲ ਜੰਪ ਭਾਰਤ ਸਾਰੇ ਸਿੰਘ ਇੰਦਰਜੀਤ ਕਲਾਚ ਰਾਣੀ ਸਾਰਿਆਂ ਦਾ ਸਹੀ ਜਵਾਬ ਹੈ ਬਈ ਸਵਰੀਨ ਕੌਰ ਦਾ ਵੀ ਠੀਕ ਆ ਬਈ ਅਗਲਾ ਸਵਾਲ ਤੁਹਾਡੀ ਸਿੱਧੂ ਰਾਣੀ ਦਾ ਵੀ ਠੀਕ ਹੈ ਅਰਗੁਣਵਾਰ ਬੈ ਕਮਲਜੀਤ ਕੌਰ ਸੰਤੋਸ਼ ਰਾਣੀ ਦਾ ਵੀ ਠੀਕ ਹੈ ਅਗਲਾ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਹੈ ਬਈ ਕਪਾਲ ਭਾਤੀ ਦੀ ਵਿਧੀ ਕੀ ਹੈ ਕਪਾਲ ਭਾਤੀ ਦੀ ਵਿਧੀ ਕੀ ਹੈ ਕੀ ਟੈਕਨੀਕ ਹੈ ਝਟਕੇ ਨਾਲ ਸਾਹ ਨੂੰ ਬਾਹਰ ਕੱਢਣਾ ਲੋਹਾਰ ਦੀ ਧੋਕਣੀ ਦੀ ਤਰ੍ਹਾਂ ਸਾਹ ਨੂੰ ਅੰਦਰ ਬਾਹਰ ਕਰਨਾ ਇਹ ਕਿਰਿਆ ਤੇਜ਼ੀ ਨਾਲ ਕੀਤੀ ਜਾਂਦੀ ਹੈ ਜਾਂ ਉਹ ਉਪਰੋਕਤ ਸਾਰੇ ਦਿਓ ਜਵਾਬ ਸਾਰੇ ਬੱਚੇ ਜਵਾਬ ਦੇਣਗੇ ਅਰਚਨਾ ਸਬਰੀਨ ਓਕੇ ਜੀ ਸੁਖਵਿੰਦਰ ਕੈਨ ਜੀ ਥੈਂਕ ਯੂ ਵੈਰੀ ਮੱਚ ਦਿਓ ਜਵਾਬ ਸਾਰੇ ਬੱਚੇ ਰਾਜਪਰੀ ਸਪੋਰਟਸ ਵੈਰੀ ਗੁੱਡ ਕਲਾਸ਼ ਰਾਣੀ ਗੁੱਡ ਟ੍ਰਿਪਲ ਜੰਪ 파ਰਤ ਅਮਿਤ ਮਹਿਤਾ ਹਰਪ੍ਰੀਤ ਸਿੰਘ ਆਰਤੀ ਕਮਲ ਜੀ ਟੀਚਰ న్యూਜ ਪੁਸ਼ਪਰਾਣੀ ਸਿੱਧੂ ਰਾਣੀ ਬਿਲਕੁਲ ਸਹੀ ਜਵਾਬ ਦਿੱਤਾ ਸਾਰੇ ਬੱਚਿਆਂ ਨੇ ਉਪਰੋਕਤ ਸਾਰੇ ਠੀਕ ਆ ਮਾਰਨਿੰਗ 스타 ਧਨਵੰਤ ਸਿੰਘ ਸਾਰੇ ਬੱਚਿਆਂ ਦਾ ਬਿਲਕੁਲ ਰਾਈਟ ਜਵਾਬ ਹੈ ਮਨਪ੍ਰੀਤ ਢਾਲੀਵਾਲ ਦਾ ਵੀ ਸਹੀ ਹੈ ਸਿਮਰਪ੍ਰੀਤ ਕੌਰ ਦਾ ਵੀ ਠੀਕ ਆ ਅੱਜ ਤੁਸੀਂ 100 ਤੋਂ ਵਿਧਾਏ ਨਹੀਂ 78 ਲਾਸਟ ਸੀਗੇ ਵੇਲੋ ਠੀਕ ਆ ਅਗਲਾ ਕੁਐਸਚਨ ਆ ਗਿਆ ਕਪਾਲ ਭਾਤੀ ਦੇ ਕੀ ਲਾਭ ਹਨ ਕਪਾਲ ਭਾਤੀ ਦੇ ਕੀ ਲਾਭ ਹਨ ਲਹੂ ਸ਼ੁੱਧ ਹੁੰਦਾ ਸਾਹ ਪ੍ਰਣਾਲੀ ਠੀਕ ਤਰੀਕੇ ਨਾਲ ਕੰਮ ਕਰਦੀ ਹੈ ਰੈਸਪੀਰੇਟਰੀ ਰੇਟ ਤੁਹਾਡਾ ਸਹੀ ਰਹਿੰਦਾ ਬੁੱਧੀ ਤੇ ਸੋਚਨ ਸ਼ਕਤੀ ਦੇ ਵਿੱਚ ਵਾਧਾ ਹੁੰਦਾ ਹਾਂਜੀ ਠੀਕ ਹੈ ਜੀ ਕਲਾਸ ਦਾ ਲਿੰਕ ਤੁਸੀਂ ਸ਼ੇਅਰ ਕਰਿਆ ਕਰੋ ਜਿੰਨੇ ਤੁਹਾਡੇ ਪਰਸਨਲ ਗਰੁੱਪ ਆਉਣਾਂ ਚ ਉਪਰੋਕਤ ਸਾਰੇ ਦਿਓ ਜਵਾਬ ਸਾਰੇ ਬੱਚੇ ਤੇ ਜਿਹੜੇ ਬੱਚੇ ਡੀ ਜਵਾਬ ਦੇ ਰਹੇ ਆ ਉਹਨਾਂ ਦਾ ਬਿਲਕੁਲ ਸਹੀ ਜਵਾਬ ਹੈ ਤੇ ਇਥੇ ਮੈਂ ਤੁਹਾਨੂੰ ਦੱਸ ਦੂੰਗਾ ਸਪੈਸ਼ਲ ਚਾਈਲਡ ਪੈਡਾਗੋਜੀ ਦਾ ਬੈਚ ਸਾਈਕੋਲੋਜੀ ਦਾ ਪੀਐਸਟੈਟ 2023-24 ਵਾਸਤੇ 999 ਰੁਪਏ ਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹ ਲੈ ਸਕਦੇ ਹੋ ਬਈ ਜੇ ਕੋਈ ਦੋਸਤ ਮਿੱਤਰ ਲੈਣਾ ਚਾਹੁੰਦਾ ਰਵਿੰਦਰ ਸਿੰਘ ਜੀ ਥੈਂਕ ਯੂ ਵੈਰੀ ਮਚ ਤੇ ਅੱਜ ਯੋਗਾ ਦੇ ਕੁਐਸਚਨ ਸੀ ਮਨਪ੍ਰੀਤ ਢਾਣੀਵਾਲ ਦਾ ਵੀ ਠੀਕ ਆ ਸਾਰਿਆਂ ਦਾ ਠੀਕ ਆ ਤੇ ਕੱਲ ਨੂੰ ਫੇਰ ਹੋਰ ਵਧੀਆ ਇੰਪੋਰਟੈਂਟ ਕੁਐਸਚਨ ਲੈ ਕੇ ਤੁਹਾਨੂੰ ਫੇਰ ਮਿਲਦੇ ਆ ਉਦੋਂ ਤੱਕ ਲਈ ਥੈਂਕ ਯੂ ਵੈਰੀ ਮਚ ਤੇ ਸਾਰੇ ਬੱਚਿਆਂ ਨੂੰ ਕਲਾਸ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਦਿਓ ਠੀਕ ਆ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਤਾਂ ਕਿ ਜਿਹੜੇ ਵਧੀਆ ਆਪਾਂ ਕੁਐਸਚਨ ਕਰਾਉਣੇ ਆ ਟਾਪਿਕ ਵਾਈਜ਼ ਚੱਲ ਜੰਦਾ ਕੰਮ ਹੋਰ ਬੱਚਿਆਂ ਤੱਕ ਵੀ ਪਹੁੰਚ ਸਕੇ ਠੀਕ ਆ ਕਲਾਸ ਕਿਵੇਂ ਲੱਗੀ ਏ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਗਾਣਾ ਜਿੱਦੇ ਤੁਸੀਂ 100 ਪੂਰਾ ਕੀਤਾ ਉਹਦੇ ਸੁਣਾਇਆ ਜਾਊਗਾ ਠੀਕ ਆ 80 ਉਸੇ ਤੱਕ ਤਾਂ ਮੈਨੂੰ ਪਤਾ ਹੀ ਆ 80 ਤੱਕ ਤਾਂ ਹੋ ਹੀ ਜਾਂਦਾ ਠੀਕ ਆ 80 ਤੇ ਮੇ ਵੀ ਅੱਜ ਵੀ ਹੈਗੇ ਸੀ ਠੀਕ ਆ ਸਾਰਿਆਂ ਦਾ ਕੋਆਪਰੇਟ ਕਰਨ ਵਾਸਤੇ ਧੰਨਵਾਦ ਤੇ ਅੱਜ ਕਲਾਸ ਰਾਣੀ ਜੀ ਥੈਂਕ ਯੂ ਵੈਰੀ ਮੱਚ ਰਾਜਵਿੰਦਰ ਕੌਰ ਜੀ ਤੇ Song Simarpreet Kaur ji ਜਦੋਂ ਤੁਸੀਂ 100 ਕਰਤੇ ਭਾਵੇਂ ਕੱਲ ਕਰ ਦੋ ਕੱਲ ਹੀ ਸੁਣਾ ਦਊਗਾ ਕੋਈ ਦਿੱਕਤ ਨਹੀਂ ਤੇ